ਸਿੰਘ ਜੀ ਸਰ ਆ ਡਾਕਟਰ ਰਹੇ ਹੋ? ਹਰਨੇਕ ਸਿੰਘ ਜੀ ਤੁਹਾਡਾ ਸਵਾਗਤ ਹੈ ਜੀ। ਮਹਾਰਾਜ ਜੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਬਹੁਤ ਅਕਾਲ ਜੀ। ਧੰਨਵਾਦ ਧੰਨਵਾਦੀ ਆ ਅਜਿਹੀ ਪਰਸਨੈਲਿਟੀ ਦੇ ਦਰਸ਼ਨ ਹੋਏ ਜਿਨ੍ਹਾਂ ਨੇ ਬੜਾ ਲੰਬਾ ਸਮਾਂ ਸੁਸਾਇਟੀ ਨੂੰ ਦਿੱਤਾ ਹੈ। ਮੈਂ ਤੁਹਾਨੂੰ ਤੁਹਾਡੇ ਅਕਸਰ ਤੁਹਾਡਾ ਜ਼ਿਕਰ ਕਰਦੇ ਹੁੰਦੇ ਨੇ ਸੁਖਵਿੰਦਰ ਸਿੰਘ, ਜਿਹੜੇ ਗੋਬਿੰਦ ਐਗਰੀਕਲਚਰ ਦੇ ਇੰਡਸਟਰੀਅਲਿਸਟ ਦੇ ਮਾਲਕ ਨੇ। ਸੋ ਮੈਂ ਕੁਝ ਕੁ ਗੱਲਾਂ ਜਿਹੜੀਆਂ ਰਹਿ ਗਈਆਂ ਨੇ, ਜਿਸ ਤਰ੍ਹਾਂ ਸਟਾਰਟਿੰਗ ਦੇ ਵਿੱਚ ਅਸੀਂ ਗੱਲ ਕੀਤੀ ਸੀ ਕਿ ਝੋਨੇ ਦੀ ਬਿਜਾਈ ਇੱਕ ਬੈਡ ਸਿਸਟਮ ਰਾਹੀਂ, ਉਹਦੇ ਬਾਰੇ ਚ ਥੋੜੀ ਜਿਹੀ ਹੋਰ ਜਾਣਕਾਰੀ ਚਾਹੁੰਦਾ, ਤੇ ਨਾਲ ਇਹ ਚਾਹੁੰਦਾ ਕਿ ਜਿਹੜੀ ਝੋਨੇ ਚੌਲ ਨੂੰ ਜਿਹੜੀ ਪਾਣੀ ਦੀ ਲੋੜ ਹੈ ਉਹਦੇ ਬਾਰੇ ਤੁਸੀਂ ਥੋੜਾ ਜਿਹਾ ਹੋਰ ਵਿਸਥਾਰ ਦੱਸੋਗੇ ਕਿ ਪਾਣੀ ਦੀ ਲੋੜ ਉਹ ਬੈਡ ਸਿਸਟਮ ਰਾਹੀਂ ਕਿਵੇਂ ਪੂਰੀ ਹੁੰਦੀ ਹੈ, ਤੇ ਡਰਿੱਲ ਮਸ਼ੀਨ ਦੀ ਜਿਹੜੀ ਵਰਕਿੰਗ ਹੈ ਉਹ ਕਿਸ ਤਰੀਕੇ ਨਾਲ ਉਹ ਵਰਕ ਕਰਦੀ ਹੈ, ਪਲੀਜ਼ ਇਹਦੇ ਬਾਰੇ, ਤੇ ਹੋਰ ਯੂਨੀਵਰਸਿਟੀ ਇਹਦੇ ਤੇ ਹੋਰ ਕੀ ਰਿਸਰਚ ਕਰ ਰਹੀ ਹੈ ਇਹਦੇ ਸੰਬੰਧ ਚ ਸਾਨੂੰ ਜ਼ਰੂਰ ਦੱਸਿਆ ਜੇ ਪਲੀਜ਼। ਮੈਂ ਤੁਹਾਡੀ ਇਸ ਪ੍ਰੋਗਰਾਮ ਦਾ ਬਹੁਤ ਧੰਨਵਾਦ ਕਰਦਾ ਵੀ ਜਿਨ੍ਹਾਂ ਨੇ ਪੰਜਾਬ ਦੀਆਂ ਸ਼ਖਸੀਅਤਾਂ ਨੂੰ ਤੁਹਾਡੇ ਕਿਸਾਨਾਂ ਦੇ ਨਾਲ ਤੁਸੀਂ ਰੂ ਰੂ ਕਰਾ ਰਹੇ ਹੋ, ਉਹਨਾਂ ਦੇ ਜਿਹੜੇ ਤਜਰਬੇ ਆ ਉਹ ਕਿਸਾਨਾਂ ਦੇ ਨਾਲ ਇੱਕ ਦੂਜੇ ਨੂੰ ਜਦੋਂ ਸਾਂਝ ਪਾਉਂਦੇ ਆ ਤੇ ਉਹਦੇ ਵਿੱਚੋਂ ਕੋਈ ਨਾ ਕੋਈ ਚੀਜ਼ ਜਿਹੜੀ ਹੈ ਉਪਜਦੀ ਹੈ, ਤੇ ਉਹ ਕੁਦਰਤ ਦੇ ਨੇੜੇ ਵੀ ਸਾਡੇ ਕਿਸਾਨ ਹੁੰਦੇ ਆ। ਗੱਲ ਹੈਗੀ ਆ ਵੀ ਆਉਣ ਵਾਲਾ ਜਿਹੜਾ ਹੁਣ ਸਮਾਂ ਹੈਗਾ ਵੀ ਝੋਨੇ ਦੀ ਅਸੀਂ ਬਿਜਾਈ ਕਿਵੇਂ ਕਰਨੀ ਹੈ, ਕੋਰੋਨਾ ਦੀ ਬਿਮਾਰੀ ਦੇ ਭਿਆਨਕ ਨਤੀਜਿਆਂ ਦੇ ਨੂੰ ਵੇਖਦੇ ਹੋਏ ਜਿਹੜੀ ਸਾਡੀ ਲੇਬਰ ਜਮਾਤ ਆ ਉਹ ਸਾਡੇ ਪੰਜਾਬ ਦੇ ਵਿੱਚੋਂ ਆਪੋ ਆਪਣੇ ਸੂਬਿਆਂ ਦੇ ਵਿੱਚ ਚਲੀ ਗਈ ਹੈ, ਥੋੜੀ ਬੋਟੀ ਜਿਹੜੀ ਸਾਡੀ ਇੱਥੇ ਲੇਬਰ ਰਹਿ ਗਈ ਆ ਉਹ ਤੋਂ ਜਿਹੜਾ ਸਾਡਾ 34 ਲੱਖ ਹੈਕਟੇਅਰ ਦੇ ਕਰੀਬ ਜਿਹੜਾ ਅਸੀਂ ਝੋਨਾ ਪੰਜਾਬ ਚ ਲਾਉਣੇ ਆ ਉਹ ਐਤਕੀ ਝੋਨਾ ਉਹਨਾਂ ਲੱਗਣਾ ਨੀਗਾ। ਮਸਲਾ ਹੁਣ ਇਹ ਆ ਗਿਆ ਵੀ ਅਸੀਂ ਝੋਨੇ ਨੂੰ ਕਿਸ ਤਰ੍ਹਾਂ ਅਸੀਂ ਜਿਹੜੀ ਆ ਵੀ ਸਮੇਂ ਸਿਰ ਇਹਦੀ ਬਿਜਾਈ ਕਰਨੀ ਹੈ ਜਾਂ ਇਹਦੀ ਲਵਾਈ ਕਰਨੀ ਹੈ, ਫਿਰ ਪਾਣੀ ਦੀ ਵੀ ਅਸੀਂ ਕਿਵੇਂ ਬਚਤ ਕਰਨੀ ਆ। ਮੈਂ ਤੁਹਾਡੇ ਮਾਧਿਅਮ ਰਾਹੀਂ ਇੱਕ ਕਿਸਾਨ ਵੀਰਾਂ ਨੂੰ ਬੇਨਤੀ ਕਰੂੰਗਾ ਕਿ ਸਾਨੂੰ ਅੱਜ ਸਿੱਖਣ ਦੀ ਲੋੜ ਹੈ, ਇਹ ਜ਼ਰੂਰੀ ਨਹੀਂ ਗਾ ਵੀ ਸਾਨੂੰ ਕਿਸੇ ਸਾਇੰਸ ਮਾਹਰ ਦੇ ਮਗਰ ਭੱਜਣ ਦੀ ਲੋੜ ਹੈ। ਸਾਇੰਸ ਮਾਹਰ ਜਿਹੜਾ ਹੈਗਾ ਸਾਡੇ ਖੇਤਾਂ ਦੇ ਵਿੱਚ ਇੱਕ ਕਿਸਾਨ ਵੀ ਹੋ ਸਕਦਾ, ਸਾਡੇ ਲੇਬਰ ਜਮਾਤ ਵਿੱਚੋਂ ਵੀ ਸਾਡੇ ਕੋਈ ਨਾ ਕੋਈ ਸਾਇੰਸਦਾਨ ਹੋ ਸਕਦਾ, ਸਾਡੇ ਜਿਹੜੇ ਤਜਰਬੇ ਹੈਗੇ ਆ ਉਹ ਉਹਨਾਂ ਨੂੰ ਸਾਨੂੰ ਅੱਗੇ ਵਧਾਉਣ ਦੀ ਲੋੜ ਹੈਗੀ ਆ। ਇਸੇ ਤਰ੍ਹਾਂ ਹੀ ਡਾਕਟਰ ਦਲੇਰ ਸਿੰਘ ਸਾਡੇ ਖੇਤੀਬਾੜੀ ਡਿਪਾਰਟਮੈਂਟ ਦੇ ਵਿੱਚੋਂ ਰਿਟਾਇਰ ਹੋਏ ਆ, ਬੜੀ ਹੁਣ ਬਜ਼ੁਰਗ ਅਵਸਥਾ ਤੋਂ, 70 ਸਾਲ ਦੀ ਉਮਰ ਹੈ ਉਹਨਾਂ ਦੀ। ਉਹਨਾਂ ਦਾ ਜਦੋਂ ਉਹ ਸਰਵਿਸ ਦੇ ਵਿੱਚ ਸੀਗੇ ਉਹਨਾਂ ਦੇ ਇੱਕ ਤਜਰਬੇ ਕੀਤੇ ਸੀਗੇ ਵੀ ਝੋਨਾ ਜਿਹੜਾ ਵੀ ਫਲੱਡ ਕੀਤੇ ਪਾਣੀ ਦੇ ਵਿੱਚ ਜਾਂ ਕੱਦੂ ਕੀਤੇ ਪਾਣੀ ਤੋਂ ਬਿਨਾਂ ਵੀ ਅਸੀਂ ਉਹਨਾਂ ਝਾੜ ਲੈ ਸਕਦੇ ਹਾਂ ਬਗੈਰ ਅਸੀਂ ਕੱਦੂ ਕੀਤੇ। ਉਹ ਜਿਹੜੇ ਤਜਰਬੇ ਅਸੀਂ ਕੀ ਪਿਛਲੇ ਸਾਲ ਅਸੀਂ ਮੋਗੇ ਜ਼ਿਲ੍ਹੇ ਦੇ ਵਿੱਚ ਕੀਤੇ ਸੀਗੇ ਉਹਦੇ ਵਿੱਚ ਕੀ ਹੈਗਾ ਵੀ ਅਸੀਂ ਜ਼ਮੀਨ ਨੂੰ ਚੰਗੀ ਤਰ੍ਹਾਂ ਵਾਹ ਲਿਆ, ਉਹਦੀ ਅਸੀਂ ਵੱਟਾਂ ਪਾ ਲਈਆਂ, ਵੱਟਾਂ ਜਿਹੜੀਆਂ ਖਾਲੀਆਂ ਵਿੱਚ ਸੰਨ 'ਚ ਰਹਿ ਗਈਆਂ ਸੀ, ਅਸੀਂ ਉਹ ਖਾੜੀ ਦਾ ਡਿਸਟੈਂਸ ਸੀਗਾ 9 ਇੰਚੀ ਦਾ ਤੇ ਜਿਹੜੀ ਅਸੀਂ ਪੌਦੇ ਤੋਂ ਪੌਦੇ ਦਾ ਡਿਸਟੈਂਸ ਸੀਗਾ ਉਹ 8 ਇੰਚੀ ਦਾ ਸੀਗਾ। ਉਹਦੇ ਵਿੱਚ ਜੇ ਖਾਲੀਆਂ ਦੇ ਵਿੱਚ ਅਸੀਂ ਪਾਣੀ ਭਰਤਾ ਸਿੰਪਲ, ਥੋੜ੍ਹਾ ਅੱਧੀ ਅੱਧੀ ਇੰਚ ਜਿਹੜਾ ਮਤਲਬ ਅੱਧੀ ਖਾਲੀ ਅਸੀਂ ਪਾਣੀ ਨਾਲ ਭਰਤੀ, ਜਿੱਥੇ ਖਾਲੀ ਦਾ ਉੱਪਰ ਪਾਣੀ ਦਾ ਟੋਪ ਗਿਆ ਸੀ ਉਹਦੇ ਉੱਪਰ ਅਸੀਂ ਪੌਦਾ ਲਾਤਾ। ਲੇਬਰ ਨੇ ਲਾਉਣਾ ਵੀ ਸੌਖਾ ਹੋਇਆ, ਪਾਣੀ ਦੀ ਸਾਡੀ ਜਿਹੜੀ ਕੰਜਪਸ਼ਨ ਹੈ 40 ਤੋਂ 50% ਸਾਡੀ ਪਾਣੀ ਦੀ ਕੰਜਪਸ਼ਨ ਜਿਹੜੀ ਉਹ ਬਚੀ ਹੈ। ਮੈਂ ਥੋੜਾ ਹੋਰ ਰੋਕਣਾ ਚਾਹੂੰਗਾ, ਜਿਹੜੀ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਖਾਲੀਆਂ ਬਣਾ ਕੇ ਹਾਂਜੀ ਉਹਨਾਂ ਦੇ ਵਿੱਚ ਪੌਦਾ ਲਾਇਆ, ਕੀ ਉਹ ਪਨੀਰੀ ਲਾਈ ਸੀ ਜਾਂ ਬੀਜ ਬੀਜਿਆ ਸੀ? ਸਰ ਉਹਦੀ ਸੀਗੀ ਜਿਹੜੀ ਪਨੀਰੀ ਸੀਗੀ, ਪਨੀਰੀ ਆਪਾਂ ਲਾਉਣੀ ਉਹਦੀ 15 ਤੋਂ 20 ਦਿਨ ਜੀ, ਮਤਲਬ ਆਪਾਂ ਵੱਡੀ ਵਿੱਚ ਪਨੀਰੀ ਹੁੰਦੀ, ਜਿਵੇਂ ਸਰਦਾਰ ਅਮਰੀਕ ਸਿੰਘ ਨੇ ਗੱਲ ਦੱਸੀ ਸੀਗੀ ਵੀ ਆਪਾਂ ਟਰਾਂਸਪਲਾਂਟ ਦਾ ਜਿਹੜਾ ਢੰਗ ਹੈ ਉਹ ਨਹੀਂ ਹੋਣਾ ਚਾਹੀਦਾ, ਪਰ ਇਹਦੇ ਵਿੱਚ ਜਿਹੜੀ ਪਨੀਰੀ ਦਾ ਤਜਰਬਾ ਅਸੀਂ ਕੀਤਾ ਸੀਗਾ ਵੀ ਪਨੀਰੀ ਕਿੰਨੀ ਅਸੀਂ ਛੋਟੀ ਲਾਵਾਂਗੇ। ਪਿਛਲੇ ਸਾਲ ਵੀ ਮੈਂ ਤੁਹਾਨੂੰ ਉਹ ਬਾਅਦ ਚ ਦੱਸੂਗਾ, ਇਸ ਸਾਲ ਜਿਹੜਾ ਅਸੀਂ ਅਡਾਪਟ ਕੀਤਾ ਅਸੀਂ ਮਤਲਬ ਰਜ ਤੇ ਵੱਟਾਂ ਦੇ ਵਿੱਚ ਦੋਨੇ ਸਾਈਡਾਂ ਤੇ ਅਸੀਂ ਉਹਦੇ ਜਿਹਦੇ ਚ ਸਵਿੰਗ ਕਰਾਂਗੇ ਝੋਨੇ, ਜਿਹਦੀ ਪਿੱਛੇ ਖਾੜੀ ਰਹੇਗੀ ਉਹਦੇ ਚ ਸਿਰਫ ਥੋੜਾ ਜਿਹਾ ਪਾਣੀ ਸਾਡਾ ਲੱਗਣਾ, ਉਹਦੇ ਵਿੱਚ 30-35% ਜਿਹੜਾ ਪਾਣੀ ਦੀ ਕੰਜਪਸ਼ਨ ਹੋਣੀ ਹੈ। ਮੈਂ ਸਾਰੇ ਕਿਸਾਨ ਵੀਰਾਂ ਨੂੰ ਬੇਨਤੀ ਕਰੂੰਗਾ ਕਿ ਝੋਨੇ ਦੀ ਪਨੀਰੀ ਬੀਜਣ ਦੀ ਬਜਾਏ ਝੋਨੇ ਨੂੰ ਅਸੀਂ ਛਿੱਟੇ ਦੇ ਨਾਲ ਵੀ ਪੈਦਾ ਕਰ ਸਕਦੇ, ਜਿਸ ਤਰ੍ਹਾਂ ਅਸੀਂ ਪਨੀਰੀ ਪੈਦਾ ਕਰਦੇ ਹਾਂ। ਫਰਜ਼ ਕੀਤਾ ਮੈਂ ਐਗਜ਼ਾਮਪਲ ਦਿੰਦਾ ਵੀ ਅਸੀਂ 1 ਏਕੜ ਦੇ ਵਿੱਚ 8 ਕਿਲੋ ਝੋਨੇ ਦਾ ਬੀਜ ਪਾਉਣੇ ਆ, ਅਸੀਂ 8 ਏਕੜ ਦੇ ਵਿੱਚ 1 ਏਕੜ ਦੇ ਵਿੱਚ 8 ਅਸੀਂ ਕਿਆਰੇ ਪਾ ਲਈਏ ਕਨਾਲ ਕਨਾਲ ਦੇ, ਜਿਹੜਾ ਇੱਕ ਕਨਾਲ ਦਾ ਕਿਆਰਾ ਪੈ ਗਿਆ ਉਹਦੇ ਵਿੱਚ ਅਸੀਂ 1/2 ਕਿਲੋ ਬੀਜ ਪੈਣਾ ਝੋਨੇ ਦਾ,
अद्धा किलो झोने का बीज एक साइड में पा दो अद्धा किलो एक पासे पा दो। मेरा कहने तो भाव अठ एकड़ अठ क्यारी पै गई तो किला किलो किलो उन्हें बीज का छिट्टा देना। छिट्टा कदों देना जिमें सरदार अवतार सिंह जी ने दसिया भी जमीन पहला थोड़ी जी वाह लो वाह के उ चंकी तरह सुहागा मारो जमीन पद्धर कर लो फिर उस थोड़ी जी पानी दे दो पानी खड़े पानी के सू झुंड का छिट्टा देना। एक ढंग तरीका यह है क्योंकि साढ़े को लेबर की समस्या होनी है। दूसरा ढंग तरीका यह है भी जी सा बैड प्लांटेशन की हैगी है क्योंकि जो असं बैड बना लें बैडा के जी सा न्यूट्रिशन वैल्यू ज्यादा आती है वटा जड़िया पोलियां होने के नाल रूट जोन है वो ज्यादा डिवेलप होंगे झोने के तो वो खुराक ज्यादा लेंगे। इस टेक्नीक सू अज अपना की लड़ है साड़िया टेक्नीक जुराने सू विरासत साढ़े व्डे वडेरिया ने सू दिया अज अपना की लड़ है ता कि असी जो झोने की बिजाई है घट पानी से घट खर्चा करके असी वे मुनाफ ले लीए। दूसरा यह सी भी जे आप इंटरक्राप भी कई किस्म की आप कर सकते हैं झोने भी हो सकती है तो साड़ी जी आने वाली फसल जी सा नरमा कपाह मक्की सन जे असी डिवर्सीफिकेशन की सरदार अवतार सिंह ने गल की जे साडे बजुर्गों का समा देखिए उस समय जे शहर पिंड डिपेंड सी शहर पिंड डिपेंड सी अज साडे जे पिंड शहर से डिपेंड हो गए। कारण यह भी असी झोने ते कणक की फसल से आ गए बाकी जो साड़िया विरासती फसल सी छड़ गए। मेरी किसान वीर बेनती है भी असी बाजार कानून खरीदन जाइए असी होर चीज खरीदन ना जाइए। अज करोना की बीमारी करके दो महीने तो असी घरे बैठे हैं तो सारे शहर वाले लोग पिंड कन्नी झाक रहे हैं आपके पिंड जो स्नेही लोग है उन्होंने तो सब्जियां दाल जो भी है ताजिया उन्होंने तो लै रहे हैं। उत्तम खेती मध्यम पार नखिद चाखरी भीख द्वार साढ़े गुरुआं ने फरमान जो किए हैं बिल्कुल सही है। खेती जी उत्तम है इनू लाहेवंद धंधा बनाना यह अज सोच की लड़ है विचार की लड़ है यहोजे जे प्रोग्राम सू कटे करके एक दूजे के जो तजर्बे है वह सजे करने की लड़ है क्यों आने वाले समय के असी सा जमीन असी जहर मुक्त करना है वह जहर मुक्त करने वास्ते सू सारे की एक दी वे जे योजे सम्मेलन करने की लड़ है चाहे असी घरे बैठ के कर लीए चाहे असी एक दूजे के नाल फील्ड में जाके कर लीए। ये तजर्बा भगत पूर सिंह पिंगलवाड़े पिछले 15 साल तो कर रहे 35 एकड़ वो कोई किसी किस्म की जहर नहीं पा रहे कुदरती खेती के नाल ही कर रहे उन्होंने जो झाड़ है रसायनिक खादा के बराबर आ सानू उतों भी सीखने की लोड़ है। सो मैं सारे माध्यम रे तुहानू बेनती करूंगा कि आओ आपां कुदरत पक्षी कुदरत नाल जुड़िए घट पानी ते खादा भी जिहड़ियां असी एकदम जो आप घटाने साड़ी जी पूर्ति होनी होनी रिकमेंडेड जी यूनिवर्सिटी सिफारशा मुताबिक आप हौली हौली जी आप खादा घटाते घटाते आप कुदरत वाल आप नैचुरल खेती जी आप कर सकते। दर्शक मैं तुरंत पूछना चाहूंगा कि ये तुसी बड़ी वधिया गल की कि रवायती खेती वाले पास सानू जाण दी लोड़ है सानू चौल ते कणक वाले पास पिछे मुड़ के खेती जी असं पहला करते उस पास जाने की लड़ है कि कोई अजिहा क्योंकि तुसी एक बड़े वे पद से बैठे हो बड़ी वीडी जिम्मेवारी है तो सरकार के थोड़ी जी एक पोजिशन है कि अजिही कोई योजनाबंदी कोई अजिही प्लैनिंग जिदे नाल कोई मंडीकरण का सिस्टम हल हों क्योंकि अज जो मंडीकरण है वह चौल से कणक का मंडीकरण होर मुकाबले बेहतर है चौल की खरीद भी हो रही है कणक की खरीद भी हो रही है पर दूसरिया फसलों का जो भा जो जो मिलना चाहिए वह कदम फिक्स नहीं होंगे या कोई अजि प्लैनिंग जिदे बारे चे बारे भी तो जानना चाहेंगे कि कोई ये सरकार पद्धत कोई अजि प्लैनिंग हो रही है। मैं थोनों इस संबंध में दस दा गल जिधर गया बाणिया उधर गया बाजार। असी 2016 के मोगे के कुदरती खेती की असी चो 94 किसान जो वक् वक् पिंड लैके उन्होंने प्रोसैसिंग करा के उन्होंने माल जो उन्होंने को मिर्चा से चाहे हल्दी से चाहे उन्होंने को ताजिया सब्जियां से चाहे गुड़ से चाहे किसी किस्म के चौल से ईवन भी सरों का साग भी बना के वह असी जो 2016 तो मंडी शुरू की जून 2016 तो अज तक सांडी चलती है मोगे के उन्होंने पक्के गाहक बने हुए। आप मार्केटिंग की गल करते हैं भी मार्केटिंग उन्होंने कि कितने हो किए
मैं किसान भीरां नूं बेनती करूंगा भी तुसी एक अपने आप नूं इह ढालो भी थोड़े ते लोकी विश्वास करन भी इहने विच किसे दे किसम दी कोई रसायनक खाद नहीं पाई। मंडीकरण की पंजाब दे विच कोई समस्या नहीं गी, इन्नी खपत है भी थोड़े पंजाब दे विच जिन्ना गुड़ असीं पंजाब च नहीं खांदे जिन्ना साडा गुड़ उत्थों तैयार होके फॉरन कंट्री नूं जा रहा। साडे प्रोडक्ट है जिहड़े जिथे एनआरए बंदे उहनां नूं विश्वास है भी इन्हां कोले जिहड़ी शुद्ध चीज हैगी उह सारी, चाहे वह लसन के रूप से है, चाहे हल्दी के रूप च है, चाहे वह गुड़ के रूप च है, चाहे शक्कर के रूप च है, चाहे चौलों के रूप च है, वह साड़ी खपत बाहर बहुत हो रही है। उ मैं विश्वास दवाना भी जेकर असी एक ग्रुप बना के छोटे छोटे ग्रुप बना लीए सानू कोई सरकार के मगर फिरन की कोई लोड़ नहीं गी। थोड़ा विश्वास बनना चाहिए, थोड़ा प्रोसैसिंग दूध लोगों के सामने दिसना चाहिए, थोड़ी पैदावार लोगों के सामने दिसनी चाहिए भी इन्होंने ऑरगेनिक पैदा की है। मंडीकरण की पंजाब दे विच कोई समस्या नहीं, जिन्नी मर्जी तुसी ऑरगेनिक चीज है नैचुरल पैथ की चीज है जिन्नी मर्जी तुसी इत्थे बीज लो, मैं चीज का गरंटी दिना विश्वास दिना। मोगे दे विच अज कोरोना दे हालात ही बने पे भी 2 महीने चो अंदर बैठे लोकी वह जिहड़े असी किसान इत्थे पैदा कर मंडीकरण करदे सीगे उन्होंने छोटे छोटे वहीकल लै लिया, वह की है मोबाइल दे विच होम डिलीवरी देन लग गए। वह मोबाइल के दस दें भी मैं अज 5 किलो आटा चाहिए, मैं अज दाल चाहिए, मैं सब्जी चाहिए है, कि चीज़ चाहिए है, वह होम डिलीवरी दे रहे हैं तो चंगे पैसे कमा रहे हैं, ये कोई शक नहीं गी। सानू सिर्फ यही गल है बी सानू सानू हिस्से ठेके से जमीन लैन की कोई लोड़ नहीं। मैं जे दरम्याने किसानों बेनती करूँगा जे अपने को जिन्हें अपने को छोटे खेत है वो आप मल्टी क्रॉप्स पैदा करिए, वो प्रोसैस करके माल असी उदा खुद मंडीकरण करिए। वेखो शहर के गाहक जिहड़े है वह जिमीदार के खेतों तक जाते उतो जाके पैदावार लैके आप मतलब उस लैवल से अजे कमरशियल पद्धर से आप ना जाइए, छोटे पद्धर जी हाँ जी ग्रुप बना के आप जूट पैदा करिए। अपने धारना यही है धारना आपे चमकौर सिंह घोलगा ने खेत साग बनाउंदे आ हां जी ते इत्थों निहाल सिंह ते जाके उहनां दे खेत चों जाके लोक बणिया बणाया साग तौड़ी वाला उहनां दा लै के आउंदे आ, बड़ी मेहनत कर रहे आ। बहुत सारे इस तरह के साडे कोल धारना हैगीआं, बलविंदर सिंह घोलिया खुर तों होर भी डॉक्टर अमर सिंह जी याद आ, उहनां ने पटियाले दे विच ओह मंडी दा उन्होंने प्रबंध किया होया इक जगह ते उत्थे किसान आ जिहड़े आपदी कुदरती खेती नाल सब्जी तैयार करदे उत्थे लै के आउंदे आ ते गाहक दी कोई प्रॉब्लम नहीं गी। ਪਰ ਸਾਡੇ ਵੱਲੋਂ ਜਿਹੜੀ ਹੈਗੀ ਆ ਇਹ ਸ਼ੁਰੂਆਤੀ ਆ ਜਿਹੜੀ ਉਹ ਸਾਨੂੰ ਰਲ ਮਿਲ ਕੇ ਜਿਹੜੀ ਉਹ ਵਧੀਆ ਕਰਨ ਦੀ ਲੋੜ ਹੈ, ਯਾਨੀ ਇੱਕ ਵਾਰੀ ਇਹ ਹੈ ਕਿ ਹਿੰਮਤ ਕਰਨੀ ਪੈਣੀ ਆ ਤੇ ਇਹ ਵੀ ਨਾਲ ਗੱਲ ਹੈਗੀ ਕਿ ਪੰਜਾਬ ਦਾ ਜਿਹੜਾ ਕਿਸਾਨ ਹੈ ਉਹ ਕਿਤੇ ਨਾ ਕਿਤੇ ਕੰਮ ਤੋਂ ਭੱਜ ਰਿਹਾ। ਇੱਕ ਲੋਕ ਬੋਲੀ ਸੀ ਚਿੱਟੇ ਚਾਦਰੇ ਜ਼ਮੀਨਾਂ ਗਹਿਣੇ, ਉਹ ਨਹੀਂ ਉਹ ਆ ਜੀ ਗੱਲ ਔਰ ਕਿਸਾਨ ਉਹਦੇ ਤੇ ਭੰਗੜਾ ਪਾਉਂਦਾ ਸੀ। ਦੇਖੋ ਸਾਡੇ ਮੋਗੇ ਇਲਾਕੇ ਦੇ ਵਿੱਚ ਸੰਤ ਬਾਬਾ ਗੁਰਮੀਤ ਸਿੰਘ ਖੋਸੇ ਵਾਲੇ ਆ ਇੱਕ ਬਹੁਤ ਵੱਡੀ ਉਦਾਹਰਨ ਹੈ। ਉਹਨਾਂ ਨੇ 15 ਮੁੰਡੇ ਇਸ ਕੰਮ ਤੇ ਰੁਜ਼ਗਾਰ ਤੇ ਲਾਏ ਹੋਏ ਆ, 25 ਏਕੜ ਜਿਹੜੀ ਆ ਕੁਦਰਤੀ ਖੇਤੀ ਤੇ ਲਾਈ ਆ 2016 ਤੋਂ ਜੀ। ਜ਼ਹਿਰ ਮੁਕਤ 4 ਪਿੰਡ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਕਰ ਦਿੰਦੇ ਖੋਸੇ, ਇੱਥੇ 4 ਖੋਸੇ ਪਿੰਡ ਹੈ। ਮਤਲਬ ਅੱਜ ਲੋੜ ਆ ਸਾਨੂੰ ਲੋਕਾਂ ਦੇ ਵਿੱਚ ਵਿਸ਼ਵਾਸ ਬਣਾਉਣ ਦੀ। ਸਰਦਾਰ ਕੁਲਦੀਪ ਸਿੰਘ ਚਮਕੌਰ ਸਿੰਘ ਘੋਲੀਏ ਕੋਲ 1.5 ਕਿੱਲਾ ਜ਼ਮੀਨ ਹੈ ਜੀ ਤੇ ਉਹਦੇ ਕੋਲ ਸਾਰੀਆਂ ਸੁਵਿਧਾਵਾਂ ਹੈਗੀਆਂ, ਉਹਦੀ ਮਾਰਕੀਟਿੰਗ ਖੁਦ ਕਰਦੇ ਆ, ਪ੍ਰੋਸੈਸਿੰਗ ਖੁਦ ਕਰਦੇ ਆ। ਸਰੋਂ ਦਾ ਸਾਗ ਉਹਨਾਂ ਦੀ ਮਿਸਿਜ ਘਰੇ ਬਣਾ ਦਿੰਦੀ, 125 ਰੁਪਏ ਕਿੱਲੋ ਸਰੋਂ ਦਾ ਸਾਗ ਵਿਕ ਜਾਂਦਾ ਇੱਥੇ, ਜਿੰਨਾ ਉਹ ਲਿਆਉਂਦੇ ਆ ਉਹ ਸਾਰਾ ਵਿਕ ਜਾਂਦਾ। ਤੇ ਸਾਡਾ ਕਿੱਡਾ ਵੱਡਾ ਕਸਬਿਆਂ ਦੇ ਵਿੱਚ ਅਸੀਂ ਛੋਟੇ ਛੋਟੇ ਕਿਸਾਨ ਬੈਠੇ ਆ, ਸਾਨੂੰ ਅੱਜ ਲੋੜ ਹੈ ਪਹਿਲਾਂ ਛੋਟੇ ਕਿਸਾਨਾਂ ਤੋਂ ਸ਼ੁਰੂ ਕੰਮ ਕਰਨ ਜੀ। ਇਹ ਮਨ ਬਣਾਈਏ ਵੀ ਅਸੀਂ ਜਿੰਨੀ ਪੈਦਾਵਾਰ ਕੀਤੀ ਹੈ ਅਸੀਂ ਇਹਨੂੰ ਮੰਡੀ ਕਰਨ ਮੰਡੀ ਚ ਨਹੀਂ ਲਿਜਾਣਾ, ਇਹਦੀ ਖੁਦ ਮਾਰਕੀਟਿੰਗ ਕਰਨੀ ਹੈ, ਡਾਇਰੈਕਟ ਮਾਰਕੀਟਿੰਗ ਜਿਹੜੀ ਆਪਾਂ ਕਹਿ ਸਕਦੇ ਹਾਂ, ਖੁਦ ਮਾਰਕੀਟਿੰਗ ਕਰਨੀ ਹੈ। ਉਹਦੇ ਵਿੱਚ ਕੀ ਹੈ ਅਸੀਂ ਜਦੋਂ ਘਰ ਦੇ ਪਰਿਵਾਰ ਨੂੰ ਘਰ ਦੇ ਬੱਚੇ ਨੂੰ ਘਰ ਦੀਆਂ ਬੀਬੀਆਂ ਨੂੰ ਅਸੀਂ ਕਹਾਂਗੇ ਵੀ ਤੂੰ ਸਰੋਂ ਦਾ ਸਾਗ ਬਣਾ ਕੇ ਤੇ ਅਸੀਂ ਵੇਚ ਕੇ ਆਉਂਦੇ ਹਾਂ, ਉਹਦੀ ਜੇਬ 'ਚ ਆਪਾਂ ਜਦੋਂ ਪੈਸੇ ਪਾਵਾਂਗੇ ਸਾਡੀ ਜਿਹੜੀ ਮਾਤਾ ਹੋਊਗੀ ਘਰੇ ਭੈਣ ਹੋਊਗੀ ਉਹਨੂੰ ਵੀ ਉਤਸ਼ਾਹਤ ਹੋਊਗਾ, ਵੇਖੋ ਮੈਨੂੰ ਮੈਂ ਅੱਜ 10 ਕਿੱਲੋ ਸਰੋਂ ਦਾ ਸਾਗ ਬਣਾਇਆ ਸੀ ਤੇ ਮੈਨੂੰ ਅੱਜ 1200 ਰੁਪਈਆ ਜਿਹੜਾ ਉਹ ਜੇਬ 'ਚ ਮੇਰੇ ਪੈ ਗਿਆ। ਕਿਵੇਂ ਸਾਡੇ ਕੋਲ ਲਸਣ ਦਾ 4 ਪੈਸਾ ਦਾ, ਹਲਦੀ ਦਾ ਪੈਸਾ ਦਾ, ਅਨੇਕਾਂ ਜਿਹੜੇ ਅਚਾਰ ਚਟਣੀਆਂ ਮੁਰੱਬੇ ਜਿਹੜੀਆਂ ਸਾਡੀਆਂ ਬੀਬੀਆਂ ਆਪਾਂ ਕਹਿੰਦੇ ਵਿਹਲੀਆਂ ਬੈਠੀਆਂ ਉਹ ਸਾਡੇ ਘਰਾਂ ਦੇ ਵਿੱਚ ਇਹ ਚੀਜ਼ਾਂ ਪ੍ਰੋਸੈਸਿੰਗ ਦਾ ਕੰਮ ਕਰ ਸਕਦੇ ਹਾਂ, ਅਸੀਂ ਉਹਦੀ ਮਾਰਕੀਟਿੰਗ ਕਰ ਸਕਦੇ। ਇਸੇ ਤਰ੍ਹਾਂ ਸਾਡੇ ਜਿਹੜੇ ਬੱਚੇ ਹੈ ਹੁਣ ਆਪਾਂ ਆਮ ਲੋਕੀ ਕਹਿੰਦੇ ਆ ਵੀ ਸਾਡੇ ਘਰਾਂ ਦੇ ਮੁੰਡੇ ਜਿਹੜੇ ਕੰਮ ਨਹੀਂ ਕਰਦੇ, ਅਸੀਂ ਕੰਮ ਤਾਂ ਉਹਨੂੰ ਦਿੰਦੇ ਹੀ ਨਹੀਂ
बाजार बइये नूं कहिंदे ने तू जा सब्जी लै आ जां जे कोई बंदा जांदा वी सब्जी मुल लैण जांदे आ असीं जांदे बिलकुल जांदे असीं सानूं लोड़ है घरेलू बगीची घरे बनाउण दी ਸਾਨੂੰ ਲੋੜ ਅੱਜ ਘਰਾਂ ਦੇ ਵਿੱਚ ਸਾਨੂੰ ਅੱਜ ਪਨੀਰੀਆਂ ਪੈਦਾ ਕਰਨ ਦੀ ਸਬਜ਼ੀਆਂ ਪੈਦਾ ਕਰਨ ਦੀ ਦਾਲਾਂ ਪੈਦਾ ਕਰਨ ਦੀ ਸਾਰੀਆਂ ਚੀਜ਼ਾਂ ਅਸੀਂ ਉਹਨਾਂ ਉਹਨਾਂ ਚੀਜ਼ਾਂ ਦੀ ਜੇ ਅਸੀਂ ਵੱਡੀ ਪੱਧਰ ਤੇ ਥੋੜਾ ਜਿਹਾ ਆਪਣੇ ਖੇਤਾਂ 'ਚ ਕਰ ਲਈਏ ਉਹ ਬੱਚੇ ਨੂੰ ਕਹੇ ਕਾਕਾ ਆਹ ਤੂੰ ਜਿਹੜੀ ਚੀਜ਼ ਪੈਦਾ ਕੀਤੀ ਹੈ ਹਲਦੀ ਕੀਤੀ ਹੈ ਇਹਦਾ ਜੇ ਤੂੰ ਪਾਊਡਰ ਬਣਾ ਕੇ ਲੈ ਇਹਦੀ ਪੈਕਿੰਗ ਕਰ ਇਹਦੀ ਤੂੰ ਖੁਦ ਜਾ ਕੇ ਮਾਰਕੀਟਿੰਗ ਕਰ ਲਿਆ ਅਸੀਂ ਉਸ ਛੋਟੇ ਕਿਸਾਨਾਂ ਨੂੰ ਛੋਟੇ ਬੀਬੀਆਂ ਨੂੰ ਪਰ ਛੋਟੇ ਆਪਾਂ ਕਹਿੰਦੇ ਨੇ ਜਦੋਂ ਕਿਸਾਨ ਆ ਨਾ ਅਸੀਂ ਪੂਰੇ ਪਰਿਵਾਰ ਨੂੰ ਉਹਦੇ ਨਾਲ ਜੋੜ ਗਏ ਮੈਂ ਐਗਜ਼ਾਮਪਲ ਦਿੰਦਾ ਸਾਨੂੰ ਅੱਜ ਲੋੜ ਹੈ ਅਡਾਪਸ਼ਨ ਦੀ ਅਡਾਪਟ ਕਰਨ ਦੀ ਉਹਦਾ ਟਾਰਗੇਟ ਮਿਸ਼ਨ ਦੀ ਉਹਦੇ ਵਿੱਚ ਸਾਨੂੰ ਵਰਕਿੰਗ ਕਰਨ ਦੀ ਉਹਦੇ ਵਿੱਚੋਂ ਸਾਨੂੰ ਪ੍ਰਗਤੀ ਫਿਰ ਮਿਲਦੀ ਹੈ ਅਸੀਂ ਇਸ ਮਾਧਿਅਮ ਦੇ ਵਿੱਚ ਜਿੰਨੇ ਆਪਾਂ ਜੁੜੇ ਹਾਂ ਆਪਾਂ ਇਹ ਮਿਲ ਲਈਏ ਵੀ ਆਪਾਂ ਆਪਦੇ ਘਰ ਦੇ ਆਲੇ ਦੁਆਲੇ ਆਪਾਂ 10 ਜ਼ਿਮੀਦਾਰ ਜੋੜੀਏ 10 ਪਰਿਵਾਰ ਜੋੜੀਏ ਉਹਨਾਂ ਨੂੰ ਮਾਨੇ ਬਣਾਈਏ ਵੀ ਅਸੀਂ ਬਾਜ਼ਾਰ ਦੇ ਵਿੱਚੋਂ ਕੋਈ ਸਬਜ਼ੀ ਨਹੀਂ ਲਊਗੇ ਬਾਜ਼ਾਰ ਦੇ ਵਿੱਚੋਂ ਕਿਸੇ ਕਿਸਮ ਦੀ ਕੋਈ ਉੱਪਰ ਰਸਾਇਣਕ ਵਾਲੀ ਜਿਹੜੀ ਖਾਦ ਪਦਾਰਥ ਉਹ ਨਹੀਂ ਲੈ ਕੇ ਆਉਣੀ ਅਸੀਂ ਘਰਾਂ ਦੇ ਅੱਜ ਸਾਡੇ ਕੋਲ ਘਰਾਂ ਦੇ ਵਿੱਚ ਜਗ੍ਹਾ ਬਹੁਤ ਪਈ ਹੈ ਸਭ ਤੋਂ ਪਹਿਲਾਂ ਅਸੀਂ ਸਰੀਰ ਨੂੰ ਨਿਰੋਗ ਕਰਨਾ ਹੈ ਆਜ਼ਾਦ ਡਾਕਟਰ ਆਜ਼ਾਦ ਸਾਹਿਬ ਦੇ ਅਸੀਂ ਬਚਨ ਸੁਣਦੇ ਹਾਂ ਮੈਂ ਡੇਲੀ ਸੁਣਦਾ ਜੀ ਅਸੀਂ ਆਪਦੇ ਘਰ ਤੋਂ ਸ਼ੁਰੂ ਕਰੀਏ ਸਾਡੇ ਘਰਾਂ ਦੇ ਵਿੱਚ ਅਸੀਂ ਕੋਠੀਆਂ ਬੜੀਆਂ ਸੋਹਣੀਆਂ ਬਣਾ ਲਈਆਂ ਆਪਦੇ ਆਉਣ ਜਾਣ ਵਾਸਤੇ ਗੱਡੀਆਂ ਕਾਰ ਬੜੀਆਂ ਰੱਖ ਲਈਆਂ ਮੋਟਰਸਾਈਕਲ ਸਾਰੀਆਂ ਚੀਜ਼ਾਂ ਪਰ ਅਸੀਂ ਘਰਾਂ ਦੇ ਵਿੱਚ ਜੇ ਅਸੀਂ ਨਾ ਘਰੇਲੂ ਬਗੀਚੀ ਦਾ ਕਨਸੈਪਟ ਵਿੱਚੋਂ ਗਾਇਬ ਕਰਤਾ ਜਦੋਂ ਸਾਡੇ ਵੱਡੇ ਵਡੇਰੇ ਸੀ ਘਰਾਂ 'ਚ ਹੁੰਦੇ ਸੀ ਨਲਕੇ ਦੇ ਕੋਲੇ ਆ ਕੇ ਘਰੇਲੂ ਬਗੀਚੀ ਹੁੰਦੀ ਸੀ ਤੇ ਸਾਡੇ ਬੱਚਿਆਂ ਨੂੰ ਨਿੱਕਿਆਂ ਨੂੰ ਪਤਾ ਹੁੰਦਾ ਸੀ ਵੀ ਨਲਕੇ ਦੇ ਕੋਲੇ ਧਨੀਏ ਦਾ ਬੂਟਾ ਕਿਹੋ ਜਿਹਾ ਤੇ ਗਾਜਰ ਦਾ ਕੀ ਹੈ ਪਛਾਣ ਹੁੰਦੀ ਸੀ ਉਹਨਾਂ ਨੂੰ ਅੱਜ ਨਾ ਗਾਜਰ ਨਾ ਧਨੀਏ ਦੀ ਪਛਾਣ ਕਿਉਂਕਿ ਬੱਚੇ ਉਹਨਾਂ ਦੇ ਬੈਗ ਪਾਏ ਆ ਸਕੂਲ ਤੋਂ ਟਿਊਸ਼ਨ ਪਰ ਅੱਜ ਜੇ ਘਰਾਂ ਦੇ ਵਿੱਚ ਸਾਡੇ ਕੋਲੇ ਉਹ ਘਰੇਲੂ ਬਗੀਚੀ ਹੋਏਗੀ ਸਾਡੇ ਬੱਚਿਆਂ ਨੂੰ ਪਤਾ ਹੋਊਗਾ ਵੀ ਟਮਾਟਰ ਕਿਵੇਂ ਲੱਗਦਾ ਗਾਜਰ ਕਿੱਥੇ ਪੈਦਾ ਹੁੰਦੀ ਹੈ ਕਿਹੜੇ ਸੀਜ਼ਨ 'ਚ ਆਪਣੇ ਗੰਢੇ ਲੱਗਦੇ ਆ ਲਸਣ ਕਦੋਂ ਲੱਗਦਾ ਉਹ ਚੀਜ਼ਾਂ ਜਿਹੜੀਆਂ ਸਾਡੇ ਘਰਾਂ ਦੇ ਵਿੱਚੋਂ ਗਾਇਬ ਹੋ ਗਏ ਜਿਹਦੇ ਕਰਕੇ ਅਸੀਂ ਅੱਜ ਮਾਰ ਖਾ ਰਹੇ ਹਾਂ ਇੱਕ ਹੋਰ ਅਸੀਂ ਇਹ 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 ਆਪਾਂ ਮਨ ਬਣਾਈਏ ਵੀ ਜਿੰਨੇ ਆਪਾਂ ਪਰਿਵਾਰ ਜੁੜੇ ਹਾਂ ਇਹ ਇਹੀ ਪਰਿਵਾਰ ਆ ਦਸ ਦਾ ਘਰ ਇਹਦੇ ਨਾਲ ਆਪਣੇ ਨਾਲ ਜੁੜ ਸਕਦੇ ਆ ਬਈ ਆਪਾਂ ਘਰਾਂ ਦੇ ਵਿੱਚ ਜੇ ਛੋਟੇ ਘਰ ਹੈ ਤਾਂ ਉੱਥੇ ਗਮਲੇ ਰੱਖੀਏ ਸ਼ਹਿਰਾਂ ਦੇ ਵਿੱਚ ਗਮਲੇ ਰੱਖੀਏ ਉਹਨਾਂ 'ਤੇ ਆਪਾਂ ਸਬਜ਼ੀਆਂ ਪੈਦਾ ਕਰੀਏ ਕਿਹੜੀ ਚੀਜ਼ ਆ ਜਿਹੜੀ ਘਰਾਂ 'ਚ ਆਪਣੇ ਪੈਦਾ ਨਹੀਂ ਹੁੰਦੀ ਹਰ ਤਰ੍ਹਾਂ ਦਾ ਫਲਦਾਰ ਬੂਟਾ ਜਿਹੜਾ ਪੰਜਾਬ ਦੀ ਧਰਤੀ ਵਿੱਚ ਹੋ ਸਕਦਾ ਹਾਂਜੀ ਇੱਕ ਹੋਰ ਆ ਵੀ ਆਪਾਂ ਨਾ ਕੋਸ਼ਿਸ਼ ਕਰ ਰਹੇ ਹਾਂ ਹਰਨੇਕ ਸਿੰਘ ਜੀ ਇਹ ਕਿ ਜਿਹੜੀਆਂ ਬੀਬੀਆਂ ਹੈਗੀਆਂ ਨਿਰਮਲ ਸਿੰਘ ਭੂਤ ਨੇ ਆਪਣੇ ਤੇ ਉਹ ਆਜ਼ਾਦ ਜੀ ਉਹਨਾਂ ਦੇ ਨਾਲ ਤੇ ਖੇਤੀ ਵਿਰਾਸਤ ਮਿਸ਼ਨ ਦੇ ਵਿੱਚ ਵੀ ਜਾ ਕੇ ਉਹ ਕੰਮ ਕਰ ਰਹੇ ਨੇ ਤੇ ਉਹਨਾਂ ਨੇ ਸਾਰੇ ਆਲੇ ਦੁਆਲੇ ਦੇ ਪਿੰਡਾਂ ਦੇ ਵਿੱਚ ਘਰੇਲੂ ਬਗੀਚੀਆਂ ਲਾਈਆਂ ਹੋਈਆਂ ਤੇ ਉਹਨਾਂ ਨੂੰ ਵੀ ਅਸੀਂ ਲੈ ਕੇ ਆਵਾਂਗੇ ਇੱਥੇ ਕਿਹੜੇ ਤਰੀਕੇ ਨਾਲ ਉਹ ਕਿਉਂਕਿ ਉਹਨਾਂ ਨੂੰ ਦੇਖ ਕੇ ਜਿਹੜਾ ਹੋਰ ਆ ਉਹ ਬੀਬੀਆਂ ਦਾ ਉਤਸ਼ਾਹ ਵਧੂਗਾ ਅਸੀਂ ਇਹ ਜਿਹੜਾ ਪ੍ਰੋਗਰਾਮ ਆਪਾਂ ਸ਼ੁਰੂ ਕੀਤਾ ਹੋਇਆ ਆਪਾਂ ਇਹਦੇ ਤੇ ਇਹੀ ਕੋਸ਼ਿਸ਼ ਕਰਾਂਗੇ ਕਿ ਵੱਖ ਵੱਖ ਤਰ੍ਹਾਂ ਦੇ ਜਿਹੜੇ ਲੋਕ ਨੇ ਪੰਜਾਬ ਦੇ ਵਿੱਚੋਂ ਉਹ ਆਪਾਂ ਸਾਰੇ ਇੱਕ ਦੂਜੇ ਨਾਲ ਰੂਬਰੂ ਕਰਾਉਂਦੇ ਜਾਈਏ ਜਿਹੜੇ ਕਿ ਇਸ ਤਰ੍ਹਾਂ ਘਰੇਲੂ ਬਗੀਚੀਆਂ ਕਰ ਰਹੇ ਨੇ ਤਿਆਰ ਜਾਂ ਹੋਰ ਤਰੀਕੇ ਨਾਲ ਕੰਮ ਕਰ ਰਹੇ ਨੇ ਤੇ ਇਹਨੂੰ ਆਪਾਂ ਪ੍ਰੋਗਰਾਮ ਦੇ ਵਿੱਚ ਪੂਰੇ ਆਪਣੇ ਵੱਲੋਂ ਜਿੰਨੀ ਹੋ ਸਕਦੀ ਆਪਾਂ ਸਾਰੇ ਰਲ ਮਿਲ ਕੇ ਸਿਰ ਜੋੜ ਕੇ ਇੱਕ ਦੂਜੇ ਨੂੰ ਹੋਰ ਆਪਣੇ ਜਿਹੜੇ ਮਿੱਤਰ ਵੀਰ ਹੈਗੇ ਉਹਨਾਂ ਨੂੰ ਦੱਸੋ ਸਾਰਿਆਂ ਨੂੰ ਕਿ ਆਪਾਂ ਇਹ ਪ੍ਰੋਗਰਾਮ ਦੇ ਸ਼ਾਮਿਲ ਹੋਇਆ ਕਰੀਏ ਤੇ ਜਿਹੜੇ ਵਿਚਾਰ ਆ ਉਹ ਇੱਕ ਜਿਹੜੀ ਤਕਨੀਕ ਹੈ ਤਾਂ ਸਾਨੂੰ ਸਹਾਰਾ ਲੈਣਾ ਚਾਹੀਦਾ ਕਿਉਂਕਿ ਜਦੋਂ ਆਪਾਂ ਕੋਈ ਸੈਮੀਨਾਰ ਕਰਦੇ ਹਾਂ ਉੱਥੇ ਜਾਣਾ ਆਉਣਾ ਸਾਨੂੰ ਬੜਾ ਔਖਾ ਹੁੰਦਾ ਇਹ ਇੱਕ ਤਕਨੀਕ ਦੇ ਸਹਾਰੇ ਦੇ ਨਾਲ ਅਸੀਂ ਬਹੁਤ ਕੁਛ ਜਿਹੜਾ ਸਿੱਖਣ ਨੂੰ ਇੱਕ ਜਦੋਂ ਸਿੱਖ ਕੇ ਤਜਰਬੇ ਸਾਂਝੇ ਕਰਕੇ ਤਾਂ ਅਸੀਂ ਇੱਕ ਛੇਤੀ ਆ ਜਿਹੜੀ ਲਹਿਰ ਆ ਖੜੀ ਕਰ ਸਕਦੇ ਹਾਂ ਤੇ ਇਹ 'ਤੇ ਵੀ ਅਸੀਂ ਜਿਹੜਾ ਹੈਗਾ ਧਿਆਨ ਦਈਏ ਤੇ ਹਰਪਿੰਦਰ ਸਿੰਘ ਜੀ ਬਾਕੀ ਮੈਂ ਕਹਿੰਦਾ ਆਪਾਂ ਕੰਮ ਨੂੰ ਨੇੜੇ ਕਰਦੇ ਜਾਈਏ ਤੇ ਇੱਕ ਅਵਤਾਰ ਸਿੰਘ ਜੀ ਫਿਰ ਉਹਨਾਂ ਨੂੰ ਵੀ ਲੈ ਕੇ ਗੱਲ ਤੇ ਆਪਾਂ ਤੋਰ ਲਈਏ ਹਾਂਜੀ ਡਾਕਟਰ ਹਰਨੇਕ ਸਿੰਘ ਉਹਨਾਂ ਦੀ ਗੱਲ ਇੱਕ ਮੈਂ ਬੇਨਤੀ ਕਰੂੰ ਇੱਕ ਬੇਨਤੀ ਕਰੂੰਗਾ ਇਹਦੇ ਵਿੱਚ ਆਪਾਂ ਬੀਬੀਆਂ ਦੀ ਸ਼ਮੂਲੀਅਤ ਕਰੀਏ ਹਾਂਜੀ ਕਿਉਂਕਿ ਆਪਾਂ ਮਤਲਬ ਉਹ ਮਨੁੱਖ ਪ੍ਰਧਾਨ ਵਾਲੀ ਗੱਲ ਹੀ ਆ ਵੀ ਆਪਾਂ ਸਾਰੇ ਮੈਂ ਇਹ ਚਾਹੁੰਦਾ ਵੀ ਆਪਾਂ ਬੀਬੀਆਂ ਨੂੰ ਇਹਦੇ 'ਚ ਪ੍ਰਮੋਟ ਕਰੀਏ ਵੀ ਇੱਕ ਘਰ ਦੇ ਵਿੱਚ ਬੰਦਾ ਅੱਗੇ ਲੱਗੇ ਤੇ ਘਰ ਅਧੂਰਾ ਹੁੰਦਾ ਜੇਕਰ ਘਰ ਦੇ ਵਿੱਚ ਬੀਪੀ ਕਿਤੇ ਇੰਜਨ ਬਣਦੇ ਉਹ ਘਰ ਦੇ ਸਾਰੇ ਮੈਂਬਰ ਜਿਹੜੇ ਉਹ ਸਵਰਗ ਬਣ ਜਾਂਦੇ ਬੀਬੀਆਂ ਨੂੰ ਆਪਾਂ ਪ੍ਰਮੋਟ ਕਰੀਏ ਇਸ ਮਾਧਿਅਮ ਦੇ ਵਿੱਚ ਹਾਂਜੀ ਬਿਲਕੁਲ ਤੁਸੀਂ ਦੱਸੋ ਜੀ ਜਿਹੜੇ ਦੇ ਵਿੱਚ ਹੈਗੇ ਆ ਸਾਰੇ ਵੀਰ ਜਿਹੜੇ ਸੁਣ ਰਹੇ ਆ ਜਿਨ੍ਹਾਂ ਦੇ ਧਿਆਨ 'ਚ ਕੋਈ ਕੁਦਰਤੀ ਖੇਤੀ ਕਰਨ ਵਾਲੇ ਵੀਰ ਨੇ ਜਾਂ ਬਗੀਚੀਆਂ ਘਰੇ ਉਗਾਉਂਦੇ ਨੇ ਜਾਂ ਉਹਨਾਂ ਦੇ ਤਜਰਬੇ ਨੇ ਉਹਨਾਂ ਤਜਰਬੇ ਨੇ ਸੌਖੇ ਸਿੱਖ ਲਾਂ ਫਲਦਾਰ ਬੂਟੇ ਸਾਨੂੰ ਬਹੁਤ ਲਾਉਣ ਦੀ ਲੋੜ ਆ ਉਸ ਤਰ੍ਹਾਂ ਦੇ ਵੀਰ ਜਿਹੜੇ ਕੰਮ ਕਰ ਰਹੇ ਆ ਉਹਨਾਂ ਨੂੰ ਅਸੀਂ ਆਪ ਪ੍ਰੇਰਿਤ ਕਰਕੇ ਆਪਣਾ ਇਹ ਮੈਸੇਜ ਦੇ ਕੇ ਤੇ ਉਹਨੂੰ ਆਪਾਂ ਇਸ ਪਲੇਟਫਾਰਮ ਤੇ ਲਿਆਈਏ ਸਭ ਨੂੰ ਤੇ ਇਹ ਤੇ ਡਿਸਕਸ ਹੁੰਦੀ ਰਹੇ ਤੇ ਮੁੜ ਕੇ ਉਹ ਤੇ ਅਮਲ ਵੀ ਕਰੀਏ
ਕਿ ਅਸੀਂ ਜਿਹੜੇ ਹੈਗੇ ਆ ਦਰਖਤ ਉਹ ਦੱਸਿਆ ਵੀ ਕਰਕੇ ਜਿਹੜੇ ਹਾਜ਼ਰੀ ਭਰ ਰਹੇ ਆ ਕਿ ਮੈਂ ਆਹ ਦਰਖਤ ਲਿਆਂਦੇ ਨੇ ਤਾਂ ਮੈਂ ਗਰੁੱਪ ਦੇ ਵਿੱਚ ਪਾ ਦੂੰਗਾ ਜਿਨ੍ਹਾਂ ਕੋਲ ਤੁਹਾਡੇ ਕੋਲ ਵੀ ਲਿੰਕ ਦੇ ਜਿਹੜੇ ਬੰਦੇ ਹੈਗੇ ਆ ਫਲ ਤਿਆਰ ਕਰਦੇ ਨੇ ਜਗਦੇਵ ਸਿੰਘ ਆ ਉਹਨਾਂ ਨੇ ਕੱਲ੍ਹ ਮੈਨੂੰ ਲਿਸਟ ਵੀ ਭੇਜੀ ਸੀਗੀ ਬੂਟਿਆਂ ਦੀ ਤੇ ਭੀੜ ਤੋਂ ਉਹਨਾਂ ਨੂੰ ਉਹਨਾਂ ਤੋਂ ਆਪਾਂ ਦਰਖਤ ਲਿਆ ਕੇ ਲਾ ਸਕਦੇ ਹਾਂ ਰੇਟ ਵੀ ਉਹਨਾਂ ਦੇ ਬੜੇ ਮੈਨੂੰ ਜੈਨੂਅਨ ਲੱਗੇ ਉਹ ਅੱਜ ਮੈਂ ਗਰੁੱਪ 'ਚ ਪਾ ਦੂੰਗਾ ਤੇ ਉਹ ਆਪਾਂ ਰਲ ਮਿਲ ਕੇ ਜਿਵੇਂ ਇੱਕ ਗੱਡੀ ਲਿਜਾਣੀ ਸੌਖੀ ਆ ਇਸ ਤਰੀਕੇ ਨਾਲ ਇੱਕ ਜਗ੍ਹਾ ਤੇ ਲਿਆਵਾਂਗੇ ਉੱਥੋਂ ਆਪਾਂ ਡਿਸਟ੍ਰੀਬਿਊਟ ਕਰ ਲਾਂਗੇ ਤੇ ਇਸ ਤਰ੍ਹਾਂ ਆਪਾਂ ਜਿਹੜਾ ਪ੍ਰੋਗਰਾਮ ਅੱਗੇ ਦੀ ਅੱਗੇ ਵੱਧਦੇ ਜਾਵਾਂਗੇ ਹੁਣ ਮੈਂ ਬੇਨਤੀ ਕਰਦਾ ਵੀ ਲੰਬਾ ਟਾਈਮ ਲੈਣਾ ਹਰਪਿੰਦਰ ਸਿੰਘ ਤੁਹਾਡਾ ਨਾ ਨੈਟਵਰਕ ਮੈਨੂੰ ਲੱਗਦਾ ਲੋਅ ਹੋ ਜਾਂਦਾ ਜਦੋਂ ਗੱਲ ਕਰਦੇ ਹਾਂ ਟੁੱਟਦੀ ਆ ਤੁਹਾਡੀ ਗੱਲ ਸ਼ਾਇਦ ਕੋਈ ਨੈਟਵਰਕ ਦੀ ਪ੍ਰੋਬਲਮ ਆ ਦੇਖੋ ਕਰਿਓ ਟਰਾਈ ਤੇ ਅਵਤਾਰ ਸਿੰਘ ਜੀ ਨਾਲ ਫਿਰ ਨਾਲ ਗੱਲ ਚਲਾ ਕੇ ਗਾਹਾਂ ਪਾ ਹਾਂਜੀ ਹਾਂ ਬਸ ਉਹਨਾਂ ਤੋਂ ਸਵਾਲ ਲਈਏ ਜੀ ਜਿਹੜੇ ਉਹਨਾਂ ਕੋਲ ਜਾਣ ਤੋਂ ਪਹਿਲਾਂ ਮੈਂ ਥੋੜਾ ਜਿਹਾ ਸਮਾਂ ਡਾਕਟਰ ਅਮਰ ਸਿੰਘ ਆਜ਼ਾਦ ਉਹਨਾਂ ਦਾ ਲੈਣਾ ਚਾਹੂੰਗਾ ਕਿ ਜੇ ਜਿਸ ਰੂਪ ਚ ਉਹ ਮੰਡੀਕਰਨ ਪਟਿਆਲੇ ਚ ਕਰ ਰਹੇ ਨੇ ਉਹ ਵੀ ਸੰਖੇਪ ਆਪਣਾ ਤਜਰਬਾ ਜ਼ਰੂਰ ਇਸ ਵਿਸ਼ੇ ਤੇ ਕਿਉਂਕਿ ਅਸੀਂ ਸਿਹਤ ਸੰਬੰਧੀ ਉਹਨਾਂ ਤੋਂ ਬਹੁਤ ਕੁਝ ਸੁਣਿਆ ਤੇ ਇਸ ਵਿਸ਼ੇ ਤੇ ਪ੍ਰੈਕਟੀਕਲੀ ਉਹ ਕੰਮ ਕਰ ਰਹੇ ਨੇ ਮੈਂ ਡਾਕਟਰ ਅਮਰ ਸਿੰਘ ਆਜ਼ਾਦ ਉਹਨਾਂ ਕੋਲ ਵੀ ਜਾਣਾ ਚਾਹੂੰਗਾ ਉਹ ਵੀ ਆਪਣੀ ਇਹਦੇ ਚ ਤਜਰਬਾ ਜਿਹੜਾ ਹੈ ਉਹ ਸਾਂਝਾ ਕਰਨਗੇ ਡਾਕਟਰ ਸਾਹਿਬ ਪਲੀਜ਼ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਹੁਤ ਹੀ ਵਧੀਆ ਸਰਦਾਰ ਤਾਰ ਸਿੰਘ ਹੋਰਾਂ ਨੇ ਔਰ ਸਰਦਾਰ ਹਰਨੇਕ ਸਿੰਘ ਹੋਰਾਂ ਨੇ ਜੋ ਜਿਸ ਢੰਗ ਨਾਲ ਰੱਖੀ ਹੈ ਗੱਲ ਮੇਰੇ ਖਿਆਲ 'ਚ ਕਾਫੀ ਜਿਹੜੀ ਹੈ ਗੱਲ ਕਲੀਅਰ ਹੋ ਗਈ ਆ ਤੇ ਮੈਂ ਸਮਝਦਾ ਕਿ ਦੋਨੋਂ ਜਿਹੜੇ ਵਕਤਾ ਬੋਲੇ ਹੈ ਇਹਨਾਂ ਨੇ ਆਪਣੇ ਅੱਜ ਦੇ ਟੋਪਿਕ ਨਾਲ ਬਹੁਤ ਵਧੀਆ ਇਨਸਾਫ ਕੀਤਾ ਤੇ ਗੱਲ ਜਿਹੜੀ ਹੈ ਪੂਰੀ ਕਨਵੇ ਹੁੰਦੀ ਹੈ ਉਹਦੇ ਜਿਹੜਾ ਹਰਨੇਕ ਸਿੰਘ ਹੋਰਾਂ ਨੇ ਗੱਲ ਕੀਤੀ ਹੈ ਕਿ ਮੰਡੀਕਰਨ ਜਿਹੜਾ ਹੈ ਮੰਡੀਕਰਨ ਜਿਹੜਾ ਬਹੁਤ ਉੱਤਮ ਤਰੀਕਾ ਮੰਡੀਕਰਨ ਦਾ ਉਹ ਇਹੀ ਤਰੀਕਾ ਹੈ ਔਰ ਜਿਹੜਾ ਸਿੱਧਾ ਕਿਸਾਨ ਤੇ ਜਿਹੜਾ ਗਾਹਕ ਨੂੰ ਅਸੀਂ ਮਿਲਾ ਦਈਏ ਉਹ ਕਿੰਨੇ ਕਿੰਨੇ ਤਰੀਕੇ ਅਡਾਪਟ ਕਰ ਸਕਦੇ ਅਸੀਂ ਇਹ ਕੋਈ ਇੱਕ ਤਰੀਕਾ ਨਹੀਂ ਹੈ ਘਰੋਂ ਆ ਕੇ ਵੀ ਲਿਜਾ ਸਕਦੇ ਹਾਂ ਅਸੀਂ ਵੀਕਲੀ ਹਫ਼ਤਾਵਾਰੀ ਮੰਡੀ ਲਾ ਸਕਦੇ ਹਾਂ ਛੋਟੇ ਮੋਟੇ ਜਿਹੜੇ ਵਿੱਚ ਉਹਦੇ ਵਿਚੋਲੀਏ ਪਾ ਸਕਦੇ ਹਾਂ ਜਿਵੇਂ ਰੇਹੜੀ ਵਾਲਾ ਕੋਈ ਜਾਂ ਕੋਈ ਰਿਕਸ਼ੇ ਵਾਲਾ ਜਾਂ ਕੋਈ ਇੱਦਾਂ ਦਾ ਕੋਈ ਮੁਲਾਜ਼ਮ ਰੱਖ ਕੇ ਵੀ ਕਰ ਸਕਦੇ ਜੇ ਕਿਸਾਨ ਗਰੁੱਪ ਕਿਸਾਨਾਂ ਵਾਲਾ ਗਰੁੱਪ ਹੋਵੇ ਤਾਂ ਅਸੀਂ ਉਹ ਵੀ ਕਰ ਸਕਦੇ ਹਾਂ ਹੋਮ ਡਿਲੀਵਰੀ ਵੀ ਕਰ ਸਕਦੇ ਹਾਂ ਤਾਂ ਔਰ ਸ਼ਹਿਰਾਂ ਦੇ ਵਿੱਚ ਇਹੋ ਜਿਹੇ ਜਿਹੜੀ ਨੇਕ ਸਿੰਘ ਗੱਲ ਕੀਤੀ ਬਹੁਤ ਪਿਆਰੀ ਗੱਲ ਹੈ ਕਿ ਸ਼ਹਿਰਾਂ ਦੇ ਵਿੱਚ ਤਾਂ ਲੋਕ ਉਹਨੂੰ ਲੱਭ ਰਹੇ ਹੈ ਸ਼ਹਿਰਾਂ ਦੇ ਵਿੱਚ ਤੁਹਾਨੂੰ ਜੀਆ ਜਾਂ ਕਹਿਣ ਨੂੰ ਮਤਲਬ ਹਾਰ ਲੈ ਕੇ ਖੜੇ ਲੋਕ ਵੀ ਤੁਸੀਂ ਆਓ ਆਓ ਸਾਡੇ ਕੋਲ ਔਰ ਸਾਨੂੰ ਜਿਹੜੀ ਸ਼ੁੱਧ ਚੀਜ਼ਾਂ ਜਿਹੜੀਆਂ ਜ਼ਹਿਰ ਚੀਜ਼ਾਂ ਦਿਓ ਇਸ ਕਰਕੇ ਕਿਸਾਨਾਂ ਨੂੰ ਮੰਡੀ ਕਰਨ ਦੀ ਦਿੱਕਤ ਨਹੀਂ ਆਉਣੀ ਸਵਾਲ ਤਾਂ ਚੀਜ਼ਾਂ ਅਸੀਂ ਉਹ ਪੈਦਾ ਕਰੀਏ ਜਿਹੜੀਆਂ ਕਿ ਲੋਕਲੀ ਵਰਤੀਆਂ ਜਾ ਸਕਦੀਆਂ ਨੇ ਅਸੀਂ ਅਜੇ ਫਲਾਂ ਵੱਲ ਸਾਡਾ ਧਿਆਨ ਹੀ ਨਹੀਂ ਹੈ ਅਸੀਂ ਫਲ ਲਾਈਏ ਫਲਾਂ ਦਾ ਫਲਾਂ ਦਾ ਜਿਹੜਾ ਵਰਤਾਰਾ ਹੈ ਇੰਨਾ ਜ਼ਿਆਦਾ ਸਮਾਜ ਸਿਹਤ ਵਾਸਤੇ ਜ਼ਰੂਰੀ ਹੈ ਸਬਜ਼ੀਆਂ ਦਾ ਬਹੁਤ ਜ਼ਿਆਦਾ ਜ਼ਰੂਰੀ ਹੈ ਪੱਤੇਦਾਰ ਚੀਜ਼ਾਂ ਦਾ ਬਹੁਤ ਜ਼ਿਆਦਾ ਜ਼ਰੂਰੀ ਹੈ ਦਾਲਾਂ ਅਸੀਂ ਆਪਣੀਆਂ ਪੈਦਾ ਕਰੀਏ ਅਨਾਜ ਨੇ ਜਿਹੜੇ ਖਾਣੇ ਸੀ ਹੁਣ ਆਪਾਂ ਮੂਲ ਅਨਾਜ ਲਿਆ ਰਹੇ ਹਾਂ ਜਿਹੜੇ ਪੰਜੇ ਇਹ ਆਪਾਂ ਪੈਦਾ ਕਰੀਏ ਤੇ ਚੀਜ਼ਾਂ ਉਹ ਪੈਦਾ ਕਰੀਏ ਜਿਹੜੀਆਂ ਲੋਕਲੀ ਪੈਦਾ ਹੋਣ ਤੇ ਲੋਕਲੀ ਕੰਜ਼ਿਊਮ ਹੋਣ ਜਦੋਂ ਅਸੀਂ ਉਹ ਪੈਦਾ ਕਰ ਲਾਂਗੇ ਤਾਂ ਮੈਨੂੰ ਨਹੀਂ ਲੱਗਦਾ ਕਿ ਛੋਟੇ ਤੋਂ ਛੋਟਾ ਕਿਸਾਨ ਵੀ ਅਸੀਂ ਮਰਨ ਦੇਵਾਂਗੇ ਛੋਟੇ ਛੋਟਾ ਕਿਸਾਨ ਵੀ ਜਿਹੜਾ ਉਹਦੀ ਕਰ ਅੱਛਾ ਦੂਜੀ ਗੱਲ ਜਿਹੜੀ ਜਦੋਂ ਅਸੀਂ ਗਰੁੱਪ ਬਣਾ ਲਾਂਗੇ ਕਿਸਾਨਾਂ ਦੇ ਗਰੁੱਪ ਬਣਾਈਏ ਔਰ ਉਧਰੋਂ ਕੰਜ਼ਿਊਮਰ ਦੇ ਗਰੁੱਪ ਬਣਾਈਏ ਦੋਨਾਂ ਨੂੰ ਆਪਸ ਮਿਲਾ ਦਈਏ ਜਦੋਂ ਗਰੁੱਪ ਬਣਾਵਾਂਗੇ ਤਾਂ ਅਸੀਂ ਇਸ ਕਿਸਾਨ ਨੂੰ ਸੁਰੱਖਿਆ ਵੀ ਦੇ ਸਕਾਂਗੇ ਅਸੀਂ ਕਿਸਾਨ ਨੂੰ ਗਰੰਟੀ ਦੇ ਸਕਾਂਗੇ ਕਿ ਕੱਲ੍ਹ ਨੂੰ ਤੈਨੂੰ ਕੋਈ ਦਿੱਕਤ ਆਉਂਦੀ ਹੈ ਤੇਰੀ ਕੋਈ ਫਸਲ ਮਰ ਜਾਂਦੀ ਹੈ ਤੈਨੂੰ ਕੋਈ ਨੇਚਰਲ ਕੋਲ ਕੁਦਰਤੀ ਆਫਤ ਆ ਜਾਂਦੀ ਹੈ ਅਸੀਂ ਸਾਰੇ ਰਲ ਕੇ ਤੇਰੀ ਜਿਹੜੀ ਹੈ ਉਸ ਗੱਲ ਦੀ ਭਰਪਾਈ ਕਰਾਂਗੇ ਤੈਨੂੰ ਚਿੰਤਾ ਕਰਨ ਦੀ ਬਿਲਕੁਲ ਲੋੜ ਨਹੀਂ ਹੈ ਵੀ ਤੈਨੂੰ ਕੋਈ ਤੇਰੇ ਤੇ ਤੇਰੇ ਪਰਿਵਾਰ ਤੋਂ ਖਤਰਾ ਹੋਵੇ ਜੇ ਔਰ ਕੋਆਪਰੇਟਿਵ ਜਿਹੜਾ ਕੋਆਪਰੇਟਿਵ ਮਾਡਲ ਹੈ ਜਿਹੜਾ ਖੇਤੀ ਦਾ ਇਹ ਬਹੁਤ ਵੰਡਰਫੁਲ ਮਾਡਲ ਹੈ ਉਹ ਕੋਆਪਰੇਸ਼ਨ ਚਾਰ ਕਿਸਾਨ ਵੀ ਕਰ ਸਕਦੇ ਨੇ ਔਰ ਪੂਰਾ ਪਿੰਡ ਵੀ ਕਰ ਸਕਦਾ ਤੇ ਜਿਹੜੀ ਉਹ ਆਪਸੀ ਭਾਈਚਾਰਾ ਜਿਹੜਾ 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 ਜਿਹਨੂੰ ਕੋਰੋਨਾ ਵਾਇਰਸ ਨੇ ਬਹੁਤ ਜ਼ਿਆਦਾ ਜਿਹਨੂੰ ਮੈਂ ਸਮਝਦਾ ਹਿੱਟ ਕੀਤਾ ਹੈ ਉਹਦਾ ਬਿਲਕੁਲ ਉਲਟ ਕਰਨ ਦੀ ਲੋੜ ਹੈ ਕਿ ਆਪਣੇ ਸਿਰ ਜੋੜਨੇ ਔਰ ਆਪਣੇ ਹੱਥ ਜੋੜਨੇ ਔਰ ਜਿਹੜਾ ਭਾਈਚਾਰਾ ਉਹਨੂੰ ਮਜ਼ਬੂਤ ਕਰਨਾ ਆਉਣ ਵਾਲੇ ਸਮੇਂ 'ਚ ਕਿਉਂਕਿ ਚਾਹੇ ਖੇਤੀ ਕਰਨੀ ਹੈ ਚਾਹੇ ਸਮਾਜ ਦੀਆਂ ਹੋਰ ਸਮੱਸਿਆਵਾਂ ਹੱਲ ਕਰਨੀਆਂ ਨੇ ਚਾਹੇ ਨੌਜਵਾਨਾਂ ਨੂੰ ਸੰਭਾਲਣਾ ਹੈ ਨਸ਼ਿਆਂ ਤੋਂ ਮੁਕਤ ਕਰਨਾ ਹੈ ਚਾਹੇ ਜਿਹੜੀਆਂ ਆਹ ਮਹਾਂਮਾਰੀਆਂ ਵਰਗੀਆਂ ਆਫਤਾਂ ਦੇ ਨਾਲ ਲੜਨਾ ਇਹਦੇ ਲਈ ਜਿਹੜਾ ਸਭ ਤੋਂ ਅੱਜ ਸਿੱਧ ਹੋ ਗਿਆ ਦੇਖੋ ਜੇ ਕੌਣ ਵਿਚਾਰ ਰਿਹਾ ਗਰੀਬਾਂ ਨੂੰ ਗਰੀਬਾਂ ਨੂੰ ਸਰਕਾਰਾਂ ਨਹੀਂ ਵਿਚਾਰੀਆਂ ਗਰੀਬਾਂ ਨੂੰ ਉੱਥੋਂ ਦੇ ਜਿਹੜੇ ਲੋਕਲ ਬੰਦੇ ਬੈਠੇ ਆ ਗੁਰਦੁਆਰੇ ਵਿਚਾਰ ਰਹੇ ਆ ਉੱਥੋਂ ਦੇ ਲੋਕਲ ਜਿਹੜੇ ਭਾਈਚਾਰਾ ਵਿਚਾਰਿਆ ਜਿੱਥੇ ਕਿਤੇ ਵੀ ਮੈਂ ਸਮਝਦਾ ਕਿ ਇੱਕ ਵੰਡਰਫੁਲ ਉਦਾਹਰਣ ਹੈ ਅਸੀਂ ਕਮਾਲ ਦੀ ਉਦਾਹਰਣ ਹੈ ਕਿ ਕਿਤੇ ਵੀ ਕੋਈ ਭੁੱਖਾ ਹੁੰਦਾ ਤਾਂ ਜਿਹੜੇ ਨੇ ਅਸੀਂ ਲੱਭ ਕੇ ਤੱਕ ਵੀ ਉਹਨਾਂ ਤੱਕ ਪਹੁੰਚਦੇ ਹਾਂ ਭਾਈ ਵੀ ਕੋਈ ਭੁੱਖਾ ਨਾ ਰਹੇ ਜੇ ਤਾਂ ਇਹ ਜਿਹੜਾ ਜਿਹੜੀ ਉਦਾਹਰਣ ਆਈ ਹੈ ਕਰੋਨਾ ਬਾਰੇ ਸਾਨੂੰ ਬੜਾ ਕੁਛ ਸਿਖਾ ਕੇ ਜਾਏਗੀ ਚਾਹੇ ਜਿਵੇਂ ਮਰਜ਼ੀ ਝੂਠ ਤੇ ਆਧਾਰਿਤ ਹੈ ਤਾਂ ਵੀ ਬਹੁਤ ਕੁਛ ਇਹ ਤੋਂ ਸਿੱਖਣ ਵਾਲਾ ਬਿਲਕੁਲ ਇਹਦੇ ਨਾਲ ਜਿਹੜਾ ਭਾਈਚਾਰਾ ਹੈ ਉਹ ਮਹੱਲੇ ਤੋਂ ਲੈ ਕੇ ਪਰਿਵਾਰ ਤੋਂ ਲੈ ਕੇ ਪਿੰਡ ਤੱਕ ਸ਼ਹਿਰ ਤੱਕ ਤੇ ਵੱਡੇ ਪੱਧਰ ਤੇ ਭਾਈਚਾਰੇ ਨੂੰ ਬਹੁਤ ਜ਼ਿਆਦਾ ਮਜ਼ਬੂਤ ਕਰਨ ਦੀ ਲੋੜ ਹੈ ਸਾਰੀਆਂ ਸਮਾਜਿਕ ਸਮੱਸਿਆਵਾਂ ਸਾਰੀਆਂ ਆਰਥਿਕ ਸਮੱਸਿਆਵਾਂ ਸਾਰੀਆਂ ਸਿਹਤ ਦੀਆਂ ਸਮੱਸਿਆਵਾਂ ਅਸੀਂ ਭਾਈਚਾਰੇ ਦੀ ਭਾਈਚਾਰੇ ਦੀ ਤਾਕਤ ਦੇ ਸਿੱਤੇ ਹੱਲ ਕਰ ਸਕਦੇ ਹਾਂ ਅੱਜ ਜਿਹੜਾ ਜਿੱਦਾਂ ਦਾ ਸਰਕਾਰਾਂ ਦਾ ਨਜ਼ਰੀਆ ਬਣ ਗਿਆ ਸਰਕਾਰਾਂ ਦੇ ਮੂੰਹ ਵੱਲ ਝੱਕਣਾ ਬੰਦ ਕਰੀਏ ਆਪਾਂ ਬੈਂਕਾਂ ਦੇ ਮੂੰਹ ਵੱਲ ਝੱਕਣਾ ਬੰਦ ਕਰੀਏ ਆਪਸੀ ਭਾਈਚਾਰੇ ਦੇ ਸਿਰ ਤੇ ਆਪਾਂ ਜਿਹੜਾ ਸਿਸਟਮ ਹੈ
ਕਿਸਾਨ ਬਚ ਗਿਆ, ਸਾਡੀਆਂ ਸਾਡੇ ਕੁਦਰਤੀ ਸਰੋਤ ਬਚ ਗਏ। ਜੇ ਸਿਹਤ ਦੇ ਮਾਡਲ ਦੀ ਆਪਾਂ ਅੱਗੇ ਗੱਲ ਕਰ ਰਹੇ ਹਾਂ, ਜੇ ਅਸੀਂ ਸਿਹਤਮੰਦ ਸਮਾਜ ਖੜਾ ਕਰ ਲਈਏ ਬਿਨਾਂ ਦਵਾਈਆਂ ਦੇ ਬਿਨਾਂ ਉਹਦੇ, ਤਾਂ ਕਿੰਨਾ ਵੱਡੇ ਵਧੀਆ ਤੁਸੀਂ ਤਾਂ ਸੁਰਗ ਦੀ ਹੋਰ ਕੀ ਕਲਪਨਾ ਹੋ ਸਕਦੀ ਹੈ। ਅਸੀਂ ਪੰਜਾਬ ਨੂੰ ਇੱਕ ਬਹੁਤ ਵੱਡੇ ਪੱਧਰ ਦੇ ਉੱਪਰ ਸੁਰਗ ਦੀ ਸ਼ਕਲ ਦੇ ਸਕਦੇ ਹਾਂ। ਯੂਰਪ ਤੋਂ ਵੀ ਕਿਤੇ ਅੱਗੇ ਜਾ ਸਕਦੇ ਅਸੀਂ ਸਾਡੇ, ਔਰ ਸਾਡੀ ਸਾਡੇ ਕੋਲ ਜਿਹੜੀ ਸੱਭਿਆਚਾਰਕ ਤਾਕਤ ਪਈ ਹੈ ਗੁਰਬਾਣੀ ਦੀ ਸ਼ਕਲ ਚ, ਸਿੱਖ ਗੁਰੂਆਂ ਦਾ ਜਿਹੜਾ ਜੋ ਵਿਰਸਾ ਸਾਡੇ ਅੰਦਰ ਹੈ, ਸਾਡੇ ਅੰਦਰ ਜੋ ਜੋ ਚੜ੍ਹਦੀ ਕਲਾ ਚ ਰਹਿਣ ਦੀ ਜਿਹੜੀ ਜਿਹੜੀ ਸਾਡੀ ਜਿਹਨੂੰ ਕਹਿੰਦੇ ਸਾਡੇ ਅੰਦਰ ਇੱਕ ਜਜ਼ਬਾ ਹੈ, ਜੋਸ਼ ਹੈ, ਸਾਰੇ ਦਾ ਜਿਹੜਾ ਜੇ ਸਾਰਿਆਂ ਨੂੰ ਇਕੱਠੇ ਕਰ ਲਈਏ ਅਸੀਂ ਕਿਤੇ ਨਾ ਕਿਤੇ, ਤਾਂ ਬਹੁਤ ਜਲਦੀ ਅਸੀਂ ਇਹਨਾਂ ਸਮੱਸਿਆਵਾਂ 'ਚੋਂ ਬਾਹਰ ਨਿਕਲ ਸਕਦੇ ਹਾਂ। ਸਵਾਲ ਆਪਣੀ ਤਾਕਤ ਨੂੰ ਪਛਾਣਨ ਦੀ ਲੋੜ ਹੈ, ਆਪਣੀ ਤਾਕਤ ਨੂੰ ਆਪਣੇ ਵਿਰਸੇ ਨੂੰ ਪਛਾਣਨ ਦੀ ਲੋੜ ਹੈ, ਔਰ ਉਸ ਦੁਸ਼ਮਣ ਨੂੰ ਵੀ ਪਛਾਣਨ ਦੀ ਲੋੜ ਹੈ ਕਿ ਜਿਹੜਾ ਉਹ ਸਾਡੀ ਤਾਕਤ ਨੂੰ ਤੋੜਨਾ ਚਾਹ ਰਿਹਾ। ਤਾਂ ਮੈਂ ਸਮਝਦਾ ਕਿ ਅਗਰ ਇੱਧਰ ਨੂੰ ਤੁਰ ਰਹੇ ਹਾਂ ਬਹੁਤ ਵਧੀਆ ਦਿਸ਼ਾ, ਔਰ ਆਉਣ ਵਾਲੇ ਖੇਤੀ ਜਿਹੜੀ ਹੈ ਉਹਦੇ ਰਿਜ਼ਲਟ ਵੀ ਦੇਖਾਂਗੇ, ਔਰ ਲੋਕ ਜਿਹੜੇ ਨੇ ਜਿਹਨੂੰ ਜੇ ਸਾਨੂੰ ਲੱਗਦੇ ਕਿ ਸਾਡੇ ਨਾਲ ਸ਼ਾਇਦ ਸ਼ੁਰੂ 'ਚ ਇੱਦਾਂ ਹੀ ਹੁੰਦਾ ਕਿ ਥੋੜ੍ਹੇ ਲੋਕ ਹੀ ਜੁੜਦੇ ਹੁੰਦੇ ਨਾਲ, ਲੇਕਿਨ ਜਿਵੇਂ ਜਿਵੇਂ ਗੱਲ ਜਿਹੜੀ ਹੈ ਸੱਚ ਪਹੁੰਚੇਗਾ, ਸੱਚ ਬੜਾ ਤਾਕਤਵਰ ਹੁੰਦਾ, ਉਹ ਸੱਚ 'ਤੇ ਸਾਨੂੰ ਹਮੇਸ਼ਾ ਵਿਸ਼ਵਾਸ ਰੱਖਣਾ ਚਾਹੀਦਾ। ਔਰ ਸੱਚ ਸਾਡਾ ਕੋਈ ਸੱਚ ਕਿਸੇ ਵਿਅਕਤੀ ਦਾ ਸੱਚ ਨਹੀਂ ਹੈ, ਉਹ ਸੱਚ ਸਾਨੂੰ ਗੁਰੂਆਂ ਦੇ ਉੱਤੋਂ ਮਿਲਿਆ, ਗੁਰੂ ਦੇ ਸ਼ੁਰੂਆਂ ਦੇ ਸ਼ਬਦ ਤੋਂ ਮਿਲਿਆ, ਗੁਰਬਾਣੀ ਤੋਂ ਮਿਲਦਾ। ਉਹ ਸੱਚ ਇੰਨਾ ਪਾਵਰਫੁੱਲ ਹੈ, ਇੰਨਾ ਸ਼ਕਤੀਸ਼ਾਲੀ ਹੈ ਕਿ ਉਹ ਸੱਚ ਦੇ ਸਿਰ 'ਤੇ ਅਤੇ ਮਨੁੱਖਤਾਵਾਦੀ ਸੋਚ ਦੇ ਸਿਰ 'ਤੇ ਅਸੀਂ ਇਹਦੀਆਂ ਸਾਰੀਆਂ ਸਮੱਸਿਆਵਾਂ ਹੱਲ ਕਰ ਲਾਂਗੇ। ਅਤੇ ਮੈਨੂੰ ਪੂਰੀ ਆਸ ਹੈ ਕਿ ਅਸੀਂ ਜਲਦੀ ਹੀ ਕਿਸੇ ਨਾ ਕਿਸੇ ਵਧੀਆ ਦਿਸ਼ਾ ਵੱਲ ਨੂੰ ਤੁਰਾਂਗੇ। ਬਹੁਤ ਧੰਨਵਾਦ ਜੀ। ਹੁਣ ਕੁਲਦੀਪ ਸਿੰਘ ਜੀ ਸਵਾਲ ਅੱਜ ਦਵਿੰਦਰ ਸਿੰਘ ਲੈਣਗੇ? ਨਹੀਂ, ਆਪਾਂ ਨਾ ਇੱਕ ਤਾਂ ਸਵਾਲ ਅੱਜ ਦਵਿੰਦਰ ਸਿੰਘ ਜੀ ਕੋਲ, ਕਿਉਂਕਿ ਆਪਾਂ ਜਿਹੜੀ ਸਿਹਤ ਨਾਲ ਸੰਬੰਧਿਤ ਅੱਜ ਰੋਗਾਂ 'ਤੇ ਨਹੀਂ ਕਰਾਂਗੇ ਸਵਾਲ, ਇੱਕ ਤਾਂ ਜਿਹੜੇ ਕਿਸਾਨ ਵੀਰ ਬੈਠੇ ਆ ਉਹਨਾਂ ਨੂੰ ਬੇਨਤੀ ਵੀ ਜੇ ਕਿਸੇ ਦਾ ਕੋਈ ਸਵਾਲ ਆ ਉਹ, ਚਾਹੇ ਜਿਹਨਾਂ ਨੂੰ ਹੈਂਡਰੇਜ ਨਹੀਂ ਕਰਨਾ ਆਉਂਦਾ ਉਹ ਹੈਂਡਰੇਜ ਕਰ ਦੇਣ, ਤਾਂ ਉਹਨਾਂ ਨੂੰ ਆਪਾਂ ਹੁਣੇ ਅਨਮਿਊਟ ਕਰ ਦਾਂਗੇ, ਜਾਂ ਉਹ ਗਰੁੱਪ ਦੇ ਵਿੱਚ ਆਪਣਾ ਨਾਮ ਲਿਖ ਕੇ ਪਾ ਦੇਣ, ਤਾਂ ਉਹਨਾਂ ਦਾ ਆਪਾਂ ਸਵਾਲ ਲੈ ਲਾਂਗੇ। ਅਤੇ ਅਵਤਾਰ ਸਿੰਘ ਜੀ ਆ ਉਹ ਸਾਰਿਆਂ ਦੇ ਸਵਾਲਾਂ ਦੇ ਜਵਾਬ ਵੀ ਦੇਣਗੇ। ਪਹਿਲਾਂ ਆਪਾਂ 2 ਮਿੰਟ ਵਾਸਤੇ ਪਹਿਲਾਂ ਅਵਤਾਰ ਸਿੰਘ ਜੀ ਨੂੰ ਲੈ ਲਵੇ, ਜਿਹੜੀ ਆ ਗੱਲ ਹੋਈ ਆ ਉਹਨੇ ਝੋਨੇ ਵਾਲੀ ਆ ਗੱਲ ਜਿਹੜੀ ਹੈਗੀ ਆ ਉਹ ਦੁਬਾਰਾ ਪੂਰਾ ਵਿਸ਼ਾ ਹੋ ਜਾਵੇ, ਤਾਂ ਫਿਰ ਆਪਾਂ ਅੱਗੇ ਹੈਗਾ ਸਵਾਲ ਕਰ ਲੈਂਦੇ ਹਾਂ। ਕੋਈ ਗੱਲ ਨਹੀਂ, ਲੰਬਾ ਸੈਸ਼ਨ ਚੱਲ ਜੂਗਾ, ਟੌਪਿਕ ਬਹੁਤ ਸੋਹਣਾ ਵਾ, ਅਤੇ ਵਧੀਆ ਗੱਲ ਹੈ। ਅਵਤਾਰ ਸਿੰਘ ਜੀ ਨੂੰ ਲੈ ਲਓ। ਹਾਂਜੀ ਅਵਤਾਰ ਸਿੰਘ ਜੀ, ਅਗਲੀ ਗੱਲ ਦੀ ਕੜੀ ਅੱਗੇ ਜੋੜਨ ਵਾਸਤੇ ਤੁਹਾਡੇ ਕੋਲ ਫਿਰ ਆਉਣੇ ਆ, ਇਹਨੂੰ ਅੱਗੇ ਅੱਗੇ ਗੱਲ ਨੂੰ ਤੋਰੋ। ਅਵਤਾਰ ਸਿੰਘ ਫੁਗਾੜਾ ਜੀ, ਇਸ ਵਕਤ ਝੋਨੇ ਦੀ ਬਿਜਾਈ ਦਾ ਸੀਜ਼ਨ ਹੈ, ਆਪਾਂ ਝੋਨੇ ਦੀ ਖੇਤੀ ਦਾ ਕੁਦਰਤੀਕਰਨ ਕਿੱਦਾਂ ਕਰੀਏ, ਇਹਨੂੰ ਵੱਧ ਆਪਣੇ ਕੁਦਰਤ ਪੱਖੀ ਵਾਤਾਵਰਨ ਪੱਖੀ ਕਿਸ ਤਰ੍ਹਾਂ ਕਰੀਏ, ਉਹ ਪਹਿਲਾਂ ਗੱਲਬਾਤ ਤਾਂ ਵੈਸੇ ਹੋ ਚੁੱਕੀ ਹੈ। ਅਤੇ ਬਾਕੀ ਜਿਹੜੀਆਂ ਹੈਗੀਆਂ ਝੋਨੇ ਦਾ ਜਿਹੜਾ ਹੈਗਾ ਮੁੱਢਲੀ ਜ਼ਰੂਰਤ ਕੀ ਆ ਕ੍ਰਿਟੀਕਲ ਸਟੇਜ ਦੇ ਉੱਤੇ, ਉਹਨੂੰ ਪੂਰੀ ਆਪਾਂ ਕਰਨੀ ਹੈ, ਇਹ ਧਿਆਨ ਰੱਖਣਾ ਉਹ ਕਿੱਦਾਂ ਪੂਰੀ ਹੋਣੀ ਆ। ਅਤੇ ਆਪਾਂ ਖੇਤ ਨੂੰ ਪਹਿਲਾਂ ਰੌਣੀ ਕਰ ਲਈਏ, ਰੌਣੀ ਕਰਨ ਤੋਂ ਬਾਅਦ ਆਪਾਂ ਘੱਟੋ ਘੱਟ 6 ਵਾਰ ਸਵਾਗਾ ਮਾਰੀਏ, ਫਿਰ ਆਪਾਂ ਡਿੱਲ ਕਰ ਦਈਏ, ਡਿੱਲ ਕਰਨ ਤੋਂ ਬਾਅਦ 2 ਵਾਰੀ ਫਿਰ ਸਵਾਗਾ ਮਾਰੀਏ, ਅਤੇ ਜਿਹੜਾ ਪਹਿਲਾਂ ਪਾਣੀ ਲੱਗਣਾ ਉਹ ਲੱਗਣਾ ਹੈਗਾ ਘੱਟੋ ਘੱਟ 21 ਦਿਨਾਂ ਬਾਅਦ। ਇਹ ਯਾਨੀ ਕਿ ਇੱਕ ਇੰਨਾ ਕੁ ਵਾਟਰ ਸੇਵਿੰਗ ਜਾਂ ਨੈਚੁਰਲ ਰਿਸੋਰਸ ਕੰਜ਼ਰਵੇਸ਼ਨ ਇੰਨੀ ਜ਼ਿਆਦਾ ਹੁੰਦੀ ਹੈ ਕਿ ਜਿਹੜਾ ਹੈਗਾ ਇੱਕ ਜਿੱਦਾਂ ਤੁਸੀਂ ਪਹਿਲਾਂ ਗੱਲ ਕੀਤੀ ਹੈ 3000 ਤੋਂ ਲੈ ਕੇ 5000 ਲੀਟਰ ਦੇ ਕਰੀਬ ਪਾਣੀ ਲੱਗਦਾ 1 ਕਿਲੋ ਝੋਨਾ ਪੈਦਾ ਕਰਨ ਲਈ, ਜਿਹੜਾ ਕਨਵੈਨਸ਼ਨਲ ਮੈਥਡ ਆ। ਅਤੇ ਜਿਹੜਾ ਇੱਕ ਪਤਾ ਲੱਗਾ ਵੀ ਚਾਈਨਾ ਨੇ ਇੱਕ ਟੈਕਨੋਲੋਜੀ ਡਿਵੈਲਪ ਕੀਤੀ ਹੈ, ਉਹਦੇ ਵਿੱਚ 400 ਲੀਟਰ ਦੇ ਨਾਲ 1 ਕਿਲੋ ਝੋਨਾ ਪੈਦਾ ਕਰ ਰਹੇ ਆ। ਅਤੇ ਜਿਹੜੀ ਆਪਣੀ ਇਹ ASR ਟੈਕਨੀਕ ਹੈ ਇਹਦੇ ਵਿੱਚ ਉਹ ਤੋਂ ਵੀ ਥੱਲੇ ਆ ਜਾਂਦਾ, ਲਗਭਗ 250 ਲੀਟਰ ਦੇ ਕਰੀਬ ਪਾਣੀ ਲੱਗਦਾ 1 ਕਿਲੋ ਝੋਨਾ ਪੈਦਾ ਕਰਨ ਵਾਸਤੇ। ਇਸ ਕਰਕੇ ਆਪਾਂ ਬਹੁਤ ਵੱਡੀ ਮਾਤਰਾ ਦੇ ਵਿੱਚ ਜਿਹੜਾ ਵਾ ਪਾਣੀ ਦੀ ਸੇਵ ਕਰ ਸਕਦੇ ਹਾਂ, ਆਪਣੇ ਵਾਤਾਵਰਨ ਨੂੰ ਬਚਾ ਸਕਦੇ ਹਾਂ। ਅਤੇ ਬਾਕੀ ਮੈਂ ਇੱਕ ਥੋੜ੍ਹੀ ਗੱਲ ਕਰਨੀ ਚਾਹੂੰਗਾ, ਇੱਕ ਪੁਆਇੰਟ ਰਹਿ ਗਿਆ ਸੀਗਾ, ਜਿਸ ਤਰ੍ਹਾਂ 5 ਤੱਤ ਡਿਸਕਸ ਹੋਏ ਆ ਜੀਵਨ ਦੇ ਜਿਹੜੇ ਬਹੁਤ ਉਹਨਾਂ ਦਾ ਕਾਰਗਰ ਪ੍ਰਬੰਧ ਆਪਾਂ ਕਿੱਦਾਂ ਕਰਨਾ, ਇਹਦੇ ਵਿੱਚ ਇੱਕ ਤੱਤ ਹੋ ਰਹਿੰਦਾ ਜਿਹਨੂੰ ਆਪਾਂ ਕਾਲ ਕਹਿੰਦੇ ਹਾਂ, ਸਮਾਂ। ਜਿਹੜਾ ਸਮਾਂ ਆ ਉਹ ਵੀ ਇੱਕ ਬਹੁਤ ਵੱਡੀ ਅਹਿਮੀਅਤ ਰੱਖਦਾ, ਆਪਾਂ ਕੋਈ ਵੀ ਕੰਮ ਕਰਨਾ ਤੁਸੀਂ ਸਮੇਂ ਸਿਰ ਕਰਨਾ। ਇਸ ਗੱਲ ਨੂੰ ਜਿਹੜਾ ਹੈਗਾ ਜੋ ਸੱਚ ਸਾਹਮਣੇ ਆਇਆ ਉਹ ਹੈਗਾ ਕਿ ਜਿਹੜੀ ਆਪਣੀ ਮੱਕੀ ਆ ਨਾ, ਮੱਕੀ ਨੇ ਪੰਜਾਬ ਦੇ ਵਿੱਚ ਇੱਕ ਸੱਚ ਸਾਹਮਣੇ ਲਿਆਂਦਾ, ਸੱਚ ਉਜਾਗਰ ਕੀਤਾ। ਉਹ ਸੱਚ ਕੀ ਆ ਵੀ ਜਿਸ ਤਰ੍ਹਾਂ ਜਿਹੜੀ ਆਪਾਂ ਮੱਕੀ ਆ ਉਹ ਇਸ ਵਕਤ 2 ਟਾਈਮ 'ਤੇ ਵਿਕਦੇ ਹਾਂ, ਇੱਕ ਤਾਂ ਆਪਾਂ ਮੰਨ ਲਓ ਕਿ ਤਾਂ ਆਪਾਂ ਇੱਕ ਸੀਡ ਲੈ ਲੈਣਾ, ਮੰਨ ਲਓ 8 ਕਿਲੋ ਵੀ ਲੈ ਲਿਆ, ਉਹਦੇ ਵਿੱਚ ਜਿਹੜੀ 4 ਕਿਲੋ ਸੀਡ ਆ ਉਹ ਆਪਾਂ ਜਨਵਰੀ ਫਰਵਰੀ ਦੇ ਵਿੱਚ ਮੱਕੀ ਬੀਜਦੇ ਹਾਂ, ਅਤੇ ਇੱਕ ਅੱਧਾ ਆ ਉਹ ਆਪਾਂ ਮਈ ਜੂਨ ਦੇ ਵਿੱਚ ਜਾ ਕੇ ਬੀਜਦੇ ਹਾਂ। ਜਿਹੜੀ ਜਨਵਰੀ ਫਰਵਰੀ ਵਾਲੀ ਮੱਕੀ ਆ ਆਪਾਂ ਸਾਰਾ ਕੁਛ ਪੈਕੇਜ ਆਫ ਪ੍ਰੈਕਟਿਸ ਜਿੰਨੀ ਵੀ ਹੈਗੀ ਜੋ ਕੁਛ ਵੀ ਕਰਨਾ ਇੱਧਰ ਕਰਨਾ ਉਹ ਹੀ ਆਪਾਂ ਮਈ ਜੂਨ ਵਾਲੀ 'ਚ ਕਰਨਾ,
जो जनवरी फरवरी वाली मक्की है वह जो झाड़ है वह सारे पंजाब के जो किसान जानते हैं वो 30 क्विंटल तो लैके 50 क्विंटल तक चल गया पर एकड़। जोड़ा है मई जून वाली मक्की है वह 15 तो 16 क्विंटल नहीं जाता। इतने फिर एक जाने के सच सामने आया, सच उजागर होया कि कुदरत ने हर एक फसल लई साल विच एक इदां दा टाइम पीरियड फिक्स किया होया। जे आपां उह टाइम पीरियड लभण विच कामयाब हो जांदे आ तां जिहड़ा साडा झाड़ आ विदाउट एनी एक्सट्रा एफर्ट कोई यानी कि होर वाधू कुछ नहीं करना है, एक सिर्फ समा बदलना, समा बदलने नाल जिहड़ा साडा झाड़ आ डेढ़ डेढ़ तों दुगना हो जांदा। जिहड़े असीं यानी कि कुछ एक फसलां ते काम कीता जिहड़ा मक्की आ फरवरी ये समय जो गन्ना ओले अगस्त सितंबर आ, इस तरह जी है कपाह ओले फरवरी मार्च आ, इस तरह यानी कि गाह दी होर इतने काम करने की जोड़ है जो समय आने के कि इस खिते सही है फसल बिजाई फसल की बिजाई लिए। फिर जी है रसायनिक खेती है वह एक यहोजा मॉडल आ कि जोड़ा सानू एक इदा का भोजन भोजन मुहैया करता जिद हिडन लुकी हुई जो छुपी हुई भुख होंगी है हिडन हंगर। जिस तरह जरा झूम जरा है रसायनिक खेती है जरा इस ढंग ना भोजन तैयार होंदा आ जो साढ़े तक पहुँचता जहर युक्त वो इस तरह का है भी लीगलाइज साइंटिफिक अडल्ट्रेशन इन अवर फूड आ जो नेचुरल मैथड आ कुदरती जोड़े है निजम आ उन्होंने मुताबिक तैयार नहीं होंगे असं अपनी मन के दखलअंदाजी करते हैं। जो दखलअंदाजी होंगी है सानू जो कणक आ कणक का कणक दिस रही है पर जो कुछ वो नेचर ने तैयार करना सी वो नहीं होंगे, इस करके जो साडे शरीर के रोग पैदा हो रहे हैं। अपन जो कुदरत के असूल है भोजन तैयार करने के क्योंकि जिया का आहार जी खाना यो करे गुरबाणी सिद्ध करती है एक कुदरत का निजम है वो मुताबिक ही भोजन तैयार होना चाहिए फिर ही वो जो खपतकारी जीवन है वह वधिया होगा। इस करके अपना यह ध्यान रखिए भी आप जो खेती है उन्होंने कुदरत के असूलों के मुताबिक आप करिए। जी गल डॉक्टर एजाज साहब ने हमने की है कि जरा आप सारे इन्नी अपनी खेती है इनू ऑरगैनिक वालू लै आइए, ऑरगैनिक खेती को औखा काम नहीं है बहुत सौखा है तो उन्होंने लोगों लिए सौखा जो कुदरत के असूलों में समझ आते हैं कि जीवन के प्रति असूल की है उन्होंने औखा जो बंद नहीं समझते तो बहुत ही यानी कि सौखा काम है कुदरत अपने इधर शिफ्ट करना कोई औखा नहीं है। और जो झाड़ है वह भी नहीं घटन गए सारे जो झाड़ है अपने वह भी जी है रसायनिक खेती है वो जो यानी कि ना घट नहीं तो जो प्लस नहीं तो यानी कि घटने के भी नहीं कदम भी। जिस तरह हम अपना झोने की बिजाई की गल की है जिदा जी कणक है उसकी भी अपना काम करिए कहने का मतलब की है कि जो है साडा इतने की बनस्पति है वह जो बसेरा पौचे थान करिए जो पानी है पानी थले रखिए फिर जी अपने आप ही साढ़े जी है पानी ने अपने आप खाद पानी यानी सारा सिस्टम बड़ा वधिया चलना है कोई औखा काम नहीं बहुत ही सौखा है। जिहड़ा है अपना जे जिहड़ी है ना गुरबाणी तो सीधे लैके अपना खेती विच उतरा गए तो साढ़े सारे मसले हल हो जाएंगे। जिस तरह अपना गुरबाणी सीध करती है कि पांच तत् कर तू सिस्टम साजी छेवा करिए जे कुछ किया हो जिहड़ी जीवन है वह पांच तत् का बनया है पांच तत् बिल्कुल ही शुद्ध रखना पेगा जिदा मिट्टी पानी हवा इतने ध्यान देने की लड़ है फिर उस तो बाद आ जाती है जिया का आहार जी खाना यो करे एक दूजे की भोजन करी है तो यानी कि जीवन ही जीवन का आहार है बाकी सब कुछ बेकार है बाकी होर कोई चीज की लड़ नहीं है जो अपना आहार वधिया साडा जरा शरीर भी निरोगी होगा साडा जरा समाज है वह भी सेहतमंद हो जाएगा तो जो सा वातावरण वधिया बनेगा उस तो अगे फिर जी गल चलती हैगी जिसते उपजा नानका सही फिर हुआ ये जानी के मुड़ के फिर वही चीजा बनी जाती है किसी चीज की कोई भी घाट नहीं आनी हैगी अपन भुलेखे है तो आप जेकर कुदरत के असूलों गुरबाणी तो सीध लैके आप जी गल करा खेती की तो अपने सारे मसले हल हो सकते हैं। दूजी मार्केटिंग की गल भी आप थोड़ी चली है मेरे जो दिमाग आया वो भी बड़ा यानी कि मेरा ख्याल है कि सारे विचार उत्ते करनी चाहिए आ जी अपनी लुट हो रही है इस वे खपतकार की जिहड़ा कंज्यूमर आ उहनूं लगभग 3-4 गुणा हाई रेट दे उत्ते जिहड़ी हैगी आ उहदी बिल्कुल 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 इदां ही हो रिहा जी बिल्कुल इदां हो रिहा बिल्कुल जिहड़ी हैगी आ जिहड़े कंज्यूमर आ उहनूं उह चीज़ां मिल रहीयां ते जिहड़ा हैगा प्रोड्यूसर आ उह भी लुट हो रिहा। मन लो भी जिद्दां आपां सब्जी मंडी जांदे आ जिहड़ी साडी चीज़ 5 रुपए किलो बिकदी आ मंडी दे विच
ਉਹ ਜਿਹੜਾ ਹੈਗਾ ਕੰਜ਼ਿਊਮਰ ਆ ਉਹਨੂੰ 25-30 ਰੁਪਏ ਦੇ ਕਿਲੋ ਗਰੀਬੀ ਮਿਲਦੀ ਹੈਗੀ ਜੇ ਕੋਈ 60-70 ਰੁਪਏ ਕਿਲੋ ਦੀ ਗਰੀਬੀ ਆਉਂਦੀ ਹੈ ਇਹਨੂੰ ਹੱਲ ਕਰਨ ਵਾਸਤੇ ਬੜਾ ਸੌਖਾ ਤਰੀਕਾ ਹੈ ਇਸ ਵੇਲੇ ਜਿੱਦਾਂ ਕਰੋਨਾ ਦਾ ਸਮਾਂ ਚੱਲ ਰਿਹਾ ਤੇ ਮੰਡੀਆਂ ਦੇ ਵਿੱਚ ਜਿਹੜੇ ਰਸ਼ ਆ ਉਹਨਾਂ ਨੂੰ ਘਟਾਉਣ ਦੀ ਯਾਨੀ ਕਿ ਜਿੱਦਾਂ ਫਿਜ਼ੀਕਲ ਡਿਸਟੈਂਸਿੰਗ ਦੀ ਜ਼ਰੂਰਤ ਹੈਗੀ ਆ ਉਹ ਹੱਲ ਹੋ ਸਕਦਾ ਉਹ ਹੱਲ ਕਿੱਦਾਂ ਹੋਣਾ ਤੇ ਆਪਾਂ ਪਿੰਡ ਲੈਵਲ ਤੇ ਆਪਾਂ ਮੁਹੱਲਾ ਲੈਵਲ ਤੇ ਵੈਲਫੇਅਰ ਕਮੇਟੀਆਂ ਬਣਾਈਏ ਉਹਦੇ ਵਿੱਚ ਜਿਹੜੀਆਂ ਅਸੈਂਸ਼ੀਅਲ ਕਮੋਡਿਟੀਜ਼ ਹੈਗੀਆਂ ਜਿੱਦਾਂ ਸਬਜ਼ੀਆਂ ਹੋ ਗਈਆਂ ਜਾਂ ਹੋਰ ਜਿਹੜਾ ਹੈਗਾ ਆਪਣਾ ਕਰਿਆਨੇ ਦਾ ਸਮਾਨ ਆ ਜਾਂ ਦਵਾਈਆਂ ਆ ਉਹ ਵਟਸਐਪ ਗਰੁੱਪ ਦੇ ਉੱਤੇ ਯਾਨੀ ਕਿ ਨਾ ਜਿਹੜੀ ਵੈਲਫੇਅਰ ਕਮੇਟੀ ਆ ਉਹਨੂੰ ਲੋਕੀ ਜਿਹੜੀ ਆਪਣੀ ਡਿਮਾਂਡ ਵਗੈਰਾ ਦੇਣ ਉਹ ਪਿੰਡ ਦੇ ਵਿੱਚੋਂ ਸਿਰਫ ਇੱਕ ਟੈਂਪੂ ਆਵੇ ਉਹਦੇ ਵਿੱਚ ਯਾਨੀ ਕਿ ਨਾ ਦੋ ਬੰਦੇ ਆ ਜਾਣ ਮੰਡੀ ਦੇ ਸਬਜ਼ੀ ਵਿੱਚ ਜਾਂ ਕਰਿਆਨੇ ਲਈ ਜਾਂ ਦਵਾਈਆਂ ਲਈ ਉਹ ਜਿਹੜੀਆਂ ਕਰਿਆਨੇ ਦੀਆਂ ਹੈਗੀਆਂ ਉਹਨਾਂ ਨੂੰ ਵਟਸਐਪ ਕਰਤਾ ਜਾਵੇ ਤੇ ਜਿਹੜੀ ਹੈਗੀ ਆਪਣੇ ਦਵਾਈਆਂ ਵਾਲੇ ਉਹਨਾਂ ਨੂੰ ਵਟਸਐਪ ਸਾਰਾ ਕੁਛ ਯਾਨੀ ਕਿ ਦੁਕਾਨਾਂ ਵਾਲਿਆਂ ਨੂੰ ਵੀ ਸੌਖਾ ਹੋ ਜਾਊਗਾ ਉਹਨਾਂ ਨੂੰ ਕੋਈ ਵੀ ਇੱਧਰ ਪਾਸੇ ਆਪਣੇ ਜਿਹੜੇ ਹੈਗੇ ਉਹਨਾਂ ਦੇ ਕਰਿੰਦੇ ਆ ਉਹਨਾਂ ਨੂੰ ਇੱਧਰ ਉੱਧਰ ਭਜਾਉਣ ਦੀ ਜ਼ਰੂਰਤ ਨਹੀਂ ਹੈਗੀ ਪਿੰਡ ਤੋਂ ਦੋ ਬੰਦੇ ਜਾਣ ਇੱਕ ਟੈਂਪੂ ਤੇ ਜਾਣ ਸਬਜ਼ੀ ਮੰਡੀ ਤੋਂ ਸਬਜ਼ੀ ਲੈ ਆਉਣ ਉਹ ਆਪਣੇ ਮੰਨ ਲਓ 5 ਰੁਪਏ ਕਿਲੋ ਮਿਲੀ ਜਾਂ 10 ਰੁਪਏ ਕਿਲੋ ਹੈਗੀ 11-12 ਰੁਪਏ ਕਿਲੋ ਦੇ ਦੇਣਗੇ ਇੱਕੋ ਖਰਚੇ ਨਿਕਲਣੇ ਆ ਤੇ ਇੱਦਾਂ ਦਾ ਯਾਨੀ ਕਿ ਉਹਦਾ ਮਾਡਲ ਆ ਉਹ ਬੜੇ ਵਧੀਆ ਢੰਗ ਨਾਲ ਚੱਲ ਸਕਦਾ ਤੇ ਜਿਹੜੀ ਸਾਡੀ ਹੈਗੀ ਆ ਕੰਜ਼ਿਊਮਰ ਦੀ ਲੁੱਟ ਆ ਉਹ ਵੀ ਉਹਨੂੰ ਵੀ ਰੋਕ ਲੱਗ ਜਾਊਗੀ ਜਿਹੜਾ ਹੈਗਾ ਮੀਡੀਏਟਰ ਆ ਉਹ ਬਾਹਰ ਨਿਕਲ ਜੂਗਾ ਇਸ ਗੱਲ ਦੀ ਬਹੁਤ ਜ਼ਿਆਦਾ ਜ਼ਰੂਰਤ ਹੈਗੀ ਆ ਮੰਨ ਲਓ ਵੀ ਕਿਸੇ ਜਿੱਦਾਂ ਵੀ ਪਿੰਡ ਆ ਜਾਂ ਮੁਹੱਲਾ ਆ ਉਹਦੇ ਵਿੱਚ ਇੱਕ ਦਿਨ ਪਹਿਲਾਂ ਅਨਾਊਂਸਮੈਂਟ ਮੇਟ ਕਰ ਦਿਓ ਵੀ ਕੱਲ੍ਹ ਨੂੰ ਆਲੂ ਪਿਆਜ਼ ਆਉਣੇ ਆ ਉਹ ਸਾਰੇ ਬੰਦੇ ਨੂੰ ਦੱਸਦੇ ਇਸ ਟਾਈਮ ਤੇ ਆਉਣੇ ਆ ਸਾਰੇ ਆ ਕੇ ਉਸ ਵੇਲੇ ਲੈ ਜਾਣ ਪੈਕਿੰਗ ਕਰਕੇ ਰੱਖੀ ਹੋਵੇ ਇਸ ਤਰ੍ਹਾਂ ਯਾਨੀ ਕਿ ਇੱਕ ਹੋਰ ਆ ਜੀ ਇੱਕ ਆਪਣਾ ਤੁਸੀਂ ਥੋੜਾ ਜਿਹਾ ਇਹ ਦੱਸ ਦਿਓ ਅਵਤਾਰ ਸਿੰਘ ਤੁਸੀਂ ਕਿੰਨੇ ਸਮੇਂ ਤੋਂ ਜਿਹੜੇ ਘੱਟ ਬੀਜ ਲੈ ਕੇ ਜਿਵੇਂ ਤੁਸੀਂ ਅੱਜ ਗੱਲ ਕੀਤੀ ਹੈ ਜਾਂ ਝੋਨਾ ਇਹ ਤੁਸੀਂ ਇਹਦੇ ਤੋਂ ਤੁਹਾਡੇ ਤਜਰਬੇ ਰਹੇ ਆ ਪਿਛਲੇ ਸਮੇਂ ਦੇ ਵਿੱਚ ਕੀ ਝਾੜਾਂ ਦੇ ਕੀ ਫਰਕ ਪਿਆ ਜਾਂ ਕਿਵੇਂ ਕਾਮਯਾਬ ਹੋਏ ਵੈਸੇ ਤੁਹਾਡੀਆਂ ਵੀਡੀਓ ਵੀ ਨੇ ਉਹ ਵੀ ਮੈਂ ਗਰੁੱਪ ਦੇ ਵਿੱਚ ਵੀ ਪਾ ਦੂੰਗਾ ਉਹ ਬਹੁਤ ਸੋਹਣੀ ਵੀਡੀਓ ਆ ਮੈਂ ਅੱਜ ਆਪਣਾ ਟਾਈਮ ਸੀਗਾ ਨਹੀਂ ਮੇਰਾ ਇਰਾਦਾ ਸੀਗਾ ਸਾਰਿਆਂ ਨੂੰ ਇੱਥੇ ਮੈਂ ਚਲਾ ਦਿੰਦਾ ਤੇ ਉਹ ਚੱਲ ਨਹੀਂ ਸਕੀਗੀ ਤੇ ਟਾਈਮ ਉਸ ਵੇਲੇ ਜਿਹੜਾ ਇੱਕ ਦਾਣੇ ਦੇ ਉੱਤੋਂ ਸਾਨੂੰ 170 ਗ੍ਰਾਮ ਵੀ ਦਾਣੇ ਮਿਲ ਚੁੱਕੇ ਆ ਯਾਨੀ ਕਿ ਜਿਹੜਾ ਹੈਗਾ ਵਾਧਾ ਕਣਕ ਦਾ ਨਾ ਕਣਕ ਦੀ ਆਪਾਂ ਗੱਲ ਕਰੀਏ ਜਿਹੜਾ ਕਣਕ ਦਾ ਵਾਧਾ 2000 ਤੋਂ ਲੈ ਕੇ 5000 ਗੁਣਾ ਹੁੰਦਾ ਜੇ ਮੰਨ ਲਓ ਆਪਾਂ 1.25 ਕਿਲੋ ਬੀਜ ਪਾਉਂਦੇ ਹਾਂ 2000 ਗੁਣਾ ਵਾਧਾ ਹੋਇਆ ਤਾਂ ਲਗਭਗ 19 ਕਣਕ ਨਿਕਲਦੀ ਜਿੰਨੀ ਆਮ ਲੋਕਾਂ ਦੇ ਖੇਤਾਂ ਵਿੱਚੋਂ ਨਿਕਲਦੀ ਆ ਜੇ ਉਹ 5000 ਗੁਣਾ ਵਾਧਾ ਹੋ ਜਾਂਦਾ ਤਾਂ ਦੇਖ ਲਓ ਕਿੱਥੇ ਗੱਲ ਪਹੁੰਚਦੀ ਹੈ ਯਾਨੀ ਕਿ ਇੰਨਾ ਕੁ ਹਾਈ ਯੀਲਡ ਹੋ ਜਾਂਦੀ ਆਪਾਂ ਅਮੇਜ਼ਨ ਵੀ ਨਹੀਂ ਕਰ ਸਕਦੇ ਇਸੇ ਤਰ੍ਹਾਂ ਕਰਕੇ ਨਾ ਜਿਹੜਾ ਝੋਨਾ ਆ ਝੋਨਾ ਜੀ ਅਸੀਂ 8 ਕਿਲੋ ਬੀਜ ਕਿਹਾ ਉਸ ਤੋਂ ਬਾਅਦ ਹੌਲੀ ਹੌਲੀ ਇਹਨੂੰ 32000 ਦਾਣੇ ਲੈ ਕੇ ਜਾਵਾਂਗੇ ਇਹਨੂੰ ਔਰ ਯਾਨੀ ਕਿ ਜਿਹੜਾ ਪਹਿਲੀ ਗੱਲ ਹੈਗੀ ਆ ਵੀ ਜਿਹੜਾ ਸਿਸਟਮ ਆ ਜਾਂ ਜਿਹੜੀ ਇਹਦੀ ਝੋਨੇ ਦੇ ਪੌਦੇ ਦੀ ਰਿਕੁਆਇਰਮੈਂਟ ਆ ਉਹਦੀ ਜ਼ਰੂਰਤ ਜਿਹੜੀ ਹੈਗੀ ਆ ਰਿਕੁਆਇਰਮੈਂਟ ਆ ਉਹ ਪੂਰੀ ਕਰਨ ਦੀ ਬਹੁਤ ਜ਼ਿਆਦਾ ਵੱਡੀ ਜ਼ਰੂਰਤ ਆ ਉਹ ਲੋਕਾਂ ਨੂੰ ਸਮਝਣ ਦੀ ਜ਼ਰੂਰਤ ਆ ਜਿਸ ਵੇਲੇ ਇਹ ਗੱਲ ਸਮਝ ਲੱਗ ਗਈ ਵੀ ਜਿਹੜਾ ਝੋਨੇ ਦਾ ਬੀਜ ਆ ਉਹ ਵੀ ਲਗਭਗ 1.25 ਕਿਲੋ ਪਰ ਏਕੜ ਤੇ ਆ ਜਾਣਾ ਇਹ ਤੋਂ ਜ਼ਿਆਦਾ ਨਹੀਂ ਹੋਣਾ ਹੈਗਾ ਇਸ ਤੇ ਜਿਹੜੀ ਹੈਗੀ ਆ ਸਰੋਂ ਆ ਸਰੋਂ ਦਾ ਜਿਹੜਾ ਸਾਡਾ ਝਾੜ ਆ ਜਾਂ ਜਿਹੜੀ ਆਪਣਾ ਨਰਮਾ ਨਹੀਂ ਉਹ ਨਰਮੇ ਦਾ ਝਾੜ ਆ ਨਰਮਾ ਜਿੱਦਾਂ ਹੈਗਾ 2 ਪੈਟ ਯੂਨੀਵਰਸਿਟੀ ਵੀ ਕਹਿੰਦੀ ਆ ਤੇ ਕੰਪਨੀਆਂ ਵੀ ਕਹਿੰਦੀਆਂ ਪਾਉਣ ਵਾਸਤੇ ਏਕੜ ਦੇ ਵਿੱਚ ਅਸੀਂ ਪਾਉਣੇ ਹੈਗੇ 1250 ਦਾਣੇ ਜਿਸ ਵੇਲੇ 1250 ਦਾਣੇ ਪਰ ਜਿਹੜਾ ਸਾਡਾ ਝਾੜ ਆ ਉਹ ਲਗਭਗ 1.5 ਤੋਂ 2 ਗੁਣਾ ਦੂਜੇ ਤੋਂ ਆ 2 ਪੈਟਾਂ ਵਾਲੇ ਤੋਂ ਇੱਦਾਂ ਜਿਹੜੀ ਸਾਡੀ ਸਰੋਂ ਆ ਜਦੋਂ 6 ਗ੍ਰਾਮ ਵੀ ਪਾਉਣੇ ਆ ਉਹ ਲਗਭਗ 1-2 ਕੁਇੰਟਲ ਦੂਜੇ ਨਾਲੋਂ ਵੱਧਦੀ ਆ ਘੱਟਦੀ ਨਹੀਂ ਹੈਗੀ ਪਰ ਇੱਥੇ ਕੀ ਆ ਜਿਹੜੀ ਬੀਜ ਮੈਨੇਜਮੈਂਟ ਆ ਨਾ ਉਹ ਬਹੁਤ ਜ਼ਿਆਦਾ ਜ਼ਰੂਰੀ ਆ ਜਿਹੜੇ ਨਦੀਨ ਆ ਉਹਨਾਂ ਦੀ ਜਿਹੜੀ ਹੈਗੀ ਆ ਪ੍ਰਬੰਧ ਆ ਉਹ ਬਹੁਤ ਜ਼ਿਆਦਾ ਜ਼ਰੂਰੀ ਆ ਉਹਦੀ ਵੀ ਮੈਕਨਾਈਜੇਸ਼ਨ ਹੋ ਸਕਦੀ ਹੈ ਇੱਕ ਔਖਾ ਕੰਮ ਨਹੀਂ ਹੈਗਾ ਸਾਰੇ ਕੰਮ ਬਹੁਤ ਸੌਖੇ ਆ ਸਿਰਫ ਯਾਨੀ ਕਿ ਜਿਹੜਾ ਨੇਚਰ ਦਾ ਰਵੱਈਆ ਬਨਸਪਤੀ ਪ੍ਰਤੀ ਜਾਂ ਜੀਵਨ ਪ੍ਰਤੀ ਕੀ ਆ ਉਹਨੂੰ ਸਮਝਣ ਦੀ ਜ਼ਰੂਰਤ ਹਾਂਜੀ ਬਾਕੀ ਇਹ ਵੀ ਆ ਕਿ ਜਿਹੜੇ ਵੀਰ ਹੈਗੇ ਆ ਕਿਸਾਨ ਵੀਰ ਉਹ ਭਾਵੇਂ ਜਿਵੇਂ ਇਹਨਾਂ ਨੇ ਘੱਟ ਬੀਜ 32000 ਦਾਣੇ ਦੀ ਗੱਲ ਕੀਤੀ ਆ 6 ਗ੍ਰਾਮ ਸਰੋਂ ਦੇ ਨਾਲ ਕਿੱਲਾ ਬੀਜਿਆ ਜਾਂਦਾ ਸਾਨੂੰ ਗੱਲਾਂ ਇਹ ਅੱਜ ਲੱਗਣਗੀਆਂ ਇਸ ਤਰ੍ਹਾਂ ਪਰ ਇਹ ਥੋੜਾ ਥੋੜਾ ਆਪਣੇ ਉਹ ਪ੍ਰੈਕਟੀਕਲ ਟ੍ਰਾਇਲ ਲਾ ਲੈਣ ਕਨਾਲ ਕਨਾਲ 10-10 ਮਾਰ ਲਏ ਉਹ ਇਸ ਤਰ੍ਹਾਂ ਬੀਜ ਕੇ ਦੇਖਣ ਫਿਰ ਵੀ ਉਹਦੇ ਨਾਲ ਜਿਹੜਾ ਉਹ ਕੁਲਦੀਪ ਸਿੰਘ ਜੀ ਇਸ ਤਰ੍ਹਾਂ ਗੱਲ ਹੈਗੀ ਆ ਵੀ ਜਦੋਂ ਆਪਾਂ ਕੋਈ ਵੀ ਯਾਨੀ ਕਿ ਜਿਹੜੀ ਟੈਕਨੋਲੋਜੀ ਆ ਨਾ ਉਹ ਉਹੀ ਜ਼ਿਆਦਾ ਵਧੀਆ ਹੁੰਦੀ ਹੈ ਜਿਹੜੀ ਸਸਤੀ ਹੋਵੇ ਜਿਹੜੀ ਆਸਾਨ ਹੋਵੇ ਜਿਹੜੀ ਹਾਈਜੀਨਿਕ ਹੋਵੇ ਜਿਹੜੀ ਕੁਦਰਤ ਪੱਕੀ ਹੋਵੇ ਜਿਹੜਾ ਮੰਡੀ ਦਾ ਵੀ ਪ੍ਰੈਸ਼ਰ ਯਾਨੀ ਕਿ ਜਿਹੜੀ ਕੁਦਰਤੀ ਆਫਤਾਂ ਤੇ ਮੰਡੀ ਦਾ ਜਿਹੜਾ ਪ੍ਰੈਸ਼ਰ ਆ ਉਹਨੂੰ ਸਹਿਣ ਕਰਨ ਦੇ ਯੋਗ ਹੋਵੇ ਟੈਕਨੋਲੋਜੀ ਉਹ ਜ਼ਿਆਦਾ ਵਧੀਆ ਹੁੰਦੀ ਹੈ ਬਾਕੀ ਮੈਂ ਇੱਦਾਂ ਕਰਨਾ ਹੈਗਾ ਵੀ ਆਪਾਂ ਯਾਨੀ ਕਿ ਪਹਿਲਾਂ ਜਿਹੜਾ ਕੰਮ ਕਰਨਾ ਹੈਗਾ ਉਹ ਸਮਾਲ ਸਕੇਲ ਤੇ ਕਰਨਾ ਸ਼ੁਰੂ ਪਹਿਲਾਂ ਲਾਰਜ ਸਕੇਲ ਤੇ ਕਦੇ ਨਾ ਕਰੋ ਆਪਣਾ ਜਿਹੜਾ ਸੈਲਫ ਐਕਸਪੀਰੀਅੰਸ ਗੇਨ ਕਰਕੇ ਉਸ ਤੋਂ ਬਾਅਦ ਫਿਰ ਲਾਰਜ ਸਕੇਲ ਤੇ ਜਾਓ ਪਹਿਲਾਂ ਜਿਹੜਾ ਕੰਮ ਤੁਸੀਂ ਕਰਨਾ ਹੈ ਜੋ ਕੁਛ ਮੈਂ ਗੱਲਾਂ ਕੀਤੀਆਂ ਪਹਿਲਾਂ ਬਿਲਕੁਲ ਘੱਟ ਲੈਵਲ ਦੇ ਉੱਤੇ ਯਾਨੀ ਕਿ ਆਪਣਾ ਮੇਕ ਸ਼ੋਰ ਕਰ ਲਓ ਵੀ ਸੱਚੀਆਂ ਗੱਲਾਂ ਚੱਲਦੀਆਂ ਵੀ ਹੈਗੀਆਂ ਕਿ ਨਹੀਂ ਚੱਲਦੀਆਂ ਕਿਉਂਕਿ ਜੇ ਆਪਾਂ ਗੱਲ ਕਰਾਂਗੇ ਇਸ ਵੇਲੇ ਜਿਹੜੇ 70 ਗੰਨਿਆਂ ਦੀ ਜਾਂ 1250 ਬੋਰੀਆਂ ਜਿਹੜਾ ਸਾਡਾ ਟੀਚਾ ਕੀ ਆ ਉਹ ਮੈਂ ਤੁਹਾਨੂੰ ਅੱਜ ਯਾਨੀ ਕਿ ਤੁਹਾਡੇ ਸ਼ੇਅਰ ਕਰਨੀ ਚਾਹਣਾ ਇਹ 713 ਕੁਇੰਟਲ ਝਾੜ ਇੱਕ ਦਾ ਲੈ ਚੁੱਕੇ ਆਪਾਂ
ਹਾਂ ਜੀ ਅੱਛਾ ਅੱਛਾ ਤੇ ਜਿਹੜਾ ਹੈਗਾ ਇਹਦਾ ਜਿਹੜਾ ਸਾਡਾ ਟੀਚਾ ਕੀ ਆ ਇੱਕ ਪੋਰੀ ਤੋਂ ਇੱਕ ਕੁਇੰਟਲ ਦਾ ਯਾਨੀ ਕਿ 1250 ਪੋਰੀਆਂ ਜਿਸ ਵੇਲੇ ਖੇਤ ਵਿੱਚ ਲੱਗੀਆਂ ਤੇ ਇੱਕ ਕੁਇੰਟਲ ਇੱਕ ਪੋਰੀ ਤੋਂ ਮਿਲ ਜਾਊਗਾ ਤਾਂ ਮਿਲਣਾ ਕਦੋਂ ਜਿਸ ਵੇਲੇ ਸਾਨੂੰ ਜੀਵਨ ਦੇ ਜਿਹੜੇ ਪੰਜ ਤੱਤ ਆ ਉਹਨਾਂ ਦੀ ਜੁਡੀਸ਼ੀਅਸ ਮੈਨੇਜਮੈਂਟ ਕਰਨੀ ਹੈਗੀ ਉਹ ਯਾਨੀ ਕਿ ਜਿਸ ਵੇਲੇ ਮੈਨੇਜਮੈਂਟ ਕਰਨੀ ਹੈਗੀ ਤਾਂ ਉਸ ਵੇਲੇ ਜਿਹੜੇ ਸਾਡੇ ਝਾੜ ਆ ਇੰਨੇ ਜ਼ਿਆਦਾ ਹਾਈ ਹੋਣਗੇ ਤੇ ਜਿਸ ਤਰ੍ਹਾਂ ਡਾਕਟਰ ਆਜ਼ਾਦ ਉਹਨਾਂ ਨੇ ਕਿਹਾ ਵੀ ਅਸੀਂ ਲੀਡ ਕਰ ਸਕਦੇ ਹਾਂ ਸਾਰੇ ਵਾਰਡ ਨੂੰ ਇਸ ਖੇਤਰ ਦੇ ਵਿੱਚ ਤੇ ਇਹ ਯਾਨੀ ਕਿ ਸਮਝਣ ਦੀ ਲੋੜ ਆ ਸਮਝ ਕੇ ਸਾਰਾ ਇਹ ਅਪਲਾਈ ਕਰਨ ਦੀ ਲੋੜ ਆ ਜਿਹੜੇ ਜੀਵਨ ਦੇ ਪੰਜ ਤੱਤ ਆ ਉਹਨਾਂ ਦੀ ਮਹੱਤਤਾ ਕੀ ਆ ਜੀਵਨ ਪ੍ਰਤੀ ਜਿਸ ਵੇਲੇ ਆਪਾਂ ਨੂੰ ਇਹ ਗੱਲ ਸਮਝ ਆਈ ਤਾਂ ਫਿਰ ਜਿਹੜੀ ਸਾਡੀ ਖੇਤੀ ਆ ਉਹ ਬੜੀ ਸੌਖੀ ਹੋ ਜਾਊਗੀ ਔਰ ਜਿਹੜਾ ਸਾਡਾ ਭੋਜਨ ਆ ਉਹ ਵੀ ਜ਼ਹਿਰ ਮੁਕਤ ਹੋ ਜਾਊਗਾ ਔਰ ਉਹ ਭੋਜਨ ਹੋਊਗਾ ਜਿਹੜਾ ਜਿਹਦੇ ਵਿੱਚ ਕਿਸੇ ਕਿਸਮ ਦੀ ਛਿੜਨ ਹੰਕਰ ਨਹੀਂ ਹੋਊਗੀ ਜਿਹੜਾ ਬਿਮਾਰੀਆਂ ਦੂਰ ਕਰੂਗਾ ਇਸ ਵੇਲੇ ਕੀ ਆ ਜਿਹੜਾ ਸਾਡਾ ਜ਼ਹਿਰ ਯੁਕਤ ਭੋਜਨ ਆ ਰਿਹਾ ਉਹ ਬਿਮਾਰੀਆਂ ਦੀ ਸਰੀਰ ਵਿੱਚ ਬੜੋਤਰੀ ਕਰ ਰਿਹਾ ਬਹੁਤ ਬੜੀਆਂ ਘਾਤਕ ਬਿਮਾਰੀਆਂ ਆ ਰਹੀਆਂ ਬੜੇ ਅਸੀਂ ਧੰਨਵਾਦੀ ਹਾਂ ਡਾਕਟਰ ਆਜ਼ਾਦ ਉਹਨਾਂ ਦੇ ਜਿਹਨਾਂ ਨੇ ਬਹੁਤ ਹੀ ਯਾਨੀ ਕਿ ਸਪਸ਼ਟ ਔਰ ਸਰਲ ਭਾਸ਼ਾ ਦੇ ਵਿੱਚ ਸਮਝਾਉਣ ਲਈ ਸਾਰਿਆਂ ਨੂੰ ਕੋਸ਼ਿਸ਼ ਕੀਤੀ ਹੈ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਸੀ ਦੁਆਰਾ ਕਿਉਂਕਿ ਜੋ ਉਹਨਾਂ ਦਾ ਸਾਨੂੰ ਗਿਆਨ ਦਿੱਤਾ ਮਾਈਕਰੋ ਆਰਗੈਨਿਜ਼ਮ ਬਾਰੇ ਕੋਸ਼ਿਸ਼ ਨੇ ਜੀ ਸਮਝਾ ਦਿੱਤਾ ਜੇ ਉਚਿਤ ਵਾਤਾਵਰਨ ਉਚਿਤ ਹਾਲਾਤ ਫਸਲ ਨੂੰ ਦਿੱਤੇ ਜਾਣ ਤੇ ਜਿਸ ਪੱਧਰ ਤੇ ਪਾਣੀ ਦੀ ਖਪਤ ਚੌਲ ਦੀ ਫਸਲ ਚ ਹੋ ਰਹੀ ਹੈ ਉਹਦੀ ਲੋੜ ਨਹੀਂ ਉਹਨੂੰ ਬਚਾਇਆ ਜਾ ਸਕਦਾ ਜਿਹੜੀ ਇਹਨਾਂ ਨੇ ਗੱਲ ਕੀਤੀ ਹੈ ਕਿ ਫਸਲ ਨੂੰ ਬੜੀ ਵੱਡੀ ਉਦਾਹਰਨ ਦਿੱਤੀ ਹੈ ਕਿ ਜਿਸ ਜੀਵ ਨੂੰ ਪਾਣੀ ਦੀ ਲੋੜ ਹੈ ਪਰਮਾਤਮਾ ਨੇ ਉਹਨੂੰ ਇਸ ਰੂਪ ਦਾ ਪੈਦਾ ਕੀਤਾ ਕਿ ਉਹ ਪਾਣੀ ਤੱਕ ਆਪ ਪਹੁੰਚ ਸਕਦਾ ਬਨਸਪਤੀ ਨੂੰ ਪਾਣੀ ਦੀ ਉਨੀ ਜ਼ਿਆਦਾ ਲੋੜ ਨਹੀਂ ਜਿੰਨੀ ਜ਼ਿਆਦਾ ਅਸੀਂ ਬਣਾ ਦਿੱਤੀ ਹੈ ਜਿਸ ਰੂਪ ਚ ਹਾਲਾਤ ਬਣਾ ਦਿੱਤੇ ਨੇ ਜੇ ਇਹ ਕਹਿ ਲਈਏ ਇਹਨਾਂ ਦਾ ਇਹ ਕਹਿਣਾ ਸੀ ਕਿ ਬਨਸਪਤੀ ਨੂੰ ਨਮੀ ਦੀ ਲੋੜ ਆ ਔਰ ਨਮੀ ਦੀ ਲੋੜ ਜਿਹੜੀ ਹੈ ਉਹ ਕੁਦਰਤ ਜਿਹੜੀ ਪੂਰੀ ਕਰ ਰਹੀ ਹੈ ਜੇ ਅਸੀਂ ਕੁਦਰਤ ਦੇ ਨਾਲ ਪਰਮਾਤਮਾ ਦੇ ਨਾਲ ਆਪਣੇ ਆਪ ਉਸ ਰੂਪ ਜੋੜ ਲਾਂਗੇ ਤੇ ਅੰਤਰਰਾਸ਼ਟਰੀ ਵਪਾਰ ਮਾਫੀਆ ਸ਼ਬਦ ਵਰਤਾਂਗਾ ਮੈਂ ਉਸ ਵਪਾਰ ਮਾਫੀਏ ਤੋਂ ਜਿਸ ਮਾਫੀਏ ਦੀ ਉਪਜ ਅੱਜ ਦਾ ਕੋਰੋਨਾ ਵੀ ਬਣਿਆ ਹੋਇਆ ਉਸ ਵਪਾਰ ਮਾਫੀਏ ਤੋਂ ਅਸੀਂ ਮਨੁੱਖਤਾ ਨੂੰ ਬਚਾ ਸਕਦੇ ਹਾਂ ਇਹ ਸਾਡੀ ਕੋਸ਼ਿਸ਼ ਹੈ ਹੁਣ ਮੈਂ ਕੁਲਦੀਪ ਸਿੰਘ ਹੋਰਾਂ ਕੋਲ ਜਾਣਾ ਚਾਹਾਂਗਾ ਜਿਹੜੇ ਸਾਡੇ ਕੋਲ ਕੁਝ ਵੀਰਾਂ ਦੇ ਸਵਾਲ ਆਏ ਨੇ ਉਹ ਸਵਾਲ ਅਸੀਂ ਲੈਣੇ ਚਾਹਾਂਗੇ ਤਾਂ ਕਿ ਹੋਰ ਕਲੈਰਿਟੀ ਜਿਹੜੀ ਹੈ ਉਹ ਇਹਦੇ ਚ ਆ ਸਕੇ ਮੇਰੇ ਸ਼ੰਕੇ ਨੂੰ ਦੂਰ ਸਕੋ ਇੱਕ ਬੇਨਤੀ ਹੈ ਵੀ ਮੈਂ ਅਨਮਿਊਟ ਕਰਦਾ ਜਾਊਂਗਾ ਵਾਰੀ ਵਾਰੀ ਗੌਰਮੁਖ ਸਿੰਘ ਜੀ ਆ ਬਿਰਸਾ ਸਿੰਘ ਸੰਧੂ ਆ ਪ੍ਰਦੀਪ ਸਿੰਘ ਰਾਜਪੁਰਾ ਜਿਹੜੇ ਗੁਰਤੇਜ ਸਿੰਘ ਜੀ ਹੈਂਡ ਰੇਂਜ ਨੇ ਤੇ ਸ਼ਾਰਟ ਦੇ ਵਿੱਚ ਹੀ ਆਪਾਂ ਜਿਹੜੀ ਗੱਲ ਆ ਉਹ ਕਰਦੇ ਜਾਈਏ ਤੇ ਜਵਾਬ ਆ ਉਹ ਸੰਬੰਧਿਤ ਅਵਤਾਰ ਸਿੰਘ ਜੀ ਦੇਣਗੇ ਪਹਿਲਾਂ ਗੁਰਤੇਜ ਸਿੰਘ ਜੀ ਬਾਸਤਗੜ ਨੂੰ ਅਨਮਿਊਟ ਕਰਨ ਲੱਗਿਆ ਸਤਿ ਸ੍ਰੀ ਅਕਾਲ ਜੀ ਭਾਸ਼ਣ ਫਵਾੜਾ ਜੀ ਸਤਿ ਸ੍ਰੀ ਅਕਾਲ ਜੀ ਜੀ ਮੈਂ ਬਖਤਗੜ੍ਹ ਤੋਂ ਹਾਂ ਜੀ ਬਰਨਾਲੇ ਕੋਲੇ ਪਿੰਡ ਆ ਜੀ ਮੈਂ ਇੱਕ ਕਨਾਲ ਗੰਨਾ ਲਾਉਣਾ ਜੀ ਤੇ ਇੱਧਰ ਮੈਨੂੰ ਏਰੀਏ 'ਚ ਬੀਜ ਨਹੀਂ ਮਿਲ ਰਿਹਾ ਜੀ ਗੰਨੇ ਦਾ ਕੀ ਤੁਸੀਂ ਸੁਜੈਸਟ ਕਰ ਸਕਦੇ ਕਿੱਥੋਂ ਮਿਲ ਸਕਦਾ ਜੀ ਬਰਨਾਲੇ ਏਰੀਏ 'ਚ ਗੰਨੇ ਦਾ ਬੀਜ ਨਹੀਂ ਮਿਲ ਰਿਹਾ ਜੀ ਹਾਂ ਜੀ ਹਾਂ ਮਿਲ ਨਹੀਂ ਰਿਹਾ ਜੀ ਇੱਕ ਕਨਾਲ ਹੀ ਲਾਉਣਾ ਜੀ ਘਰ ਵਾਸਤੇ ਅੱਛਾ ਇੱਦਾਂ ਹੈਗੀ ਆ ਮੈਂ ਹੁਣੇ ਇੱਕ ਮੈਂ ਹੁਣੇ ਗੱਲ ਕਰਕੇ ਹਟਿਆ ਹੈਗਾ ਵੀ ਜਿਹੜੀ ਸਮਾਂ ਆ ਜਾਂ ਕਾਲ ਆ ਉਹ ਇੱਕ ਕਿਸਮ ਦਾ ਛੇਵਾਂ ਦੱਤ ਆ ਉਹਦੀ ਯਾਨੀ ਕਿ ਅਹਿਮੀਅਤ ਨੂੰ ਜਾਣਨਾ ਬਹੁਤ ਜ਼ਿਆਦਾ ਜ਼ਰੂਰੀ ਆ ਤੇ ਆਪਾਂ ਜਿਹੜਾ ਗੰਨਾ ਹੈ ਨਾ ਗੰਨਾ ਜੇ ਤੁਸੀਂ ਅਗਸਤ ਮਹੀਨੇ ਵਿੱਚ ਬੀਜੋਗੇ ਤਾਂ ਫਿਰ ਉਹ ਯਾਨੀ ਕਿ ਇੰਨਾ ਜ਼ਿਆਦਾ ਵਧੀਆ ਹੋਊਗਾ ਵੀ ਯਾਨੀ ਕਿ ਜਿਹੜੇ ਰਿਜ਼ਲਟ ਆ ਉਹ ਇੱਦਾਂ ਦੇ ਮਿਲਣਗੇ ਵੀ ਆਪਾਂ ਸੋਚ ਵੀ ਨਹੀਂ ਸਕਦੇ ਹੈਗੇ ਤੇ ਇਸ ਕਰਕੇ ਜਿਹੜਾ ਗੰਨਾ ਆ ਉਹਨੂੰ ਤੁਸੀਂ ਅਗਸਤ ਵਿੱਚ ਲਾਓ ਜੇ ਬੀਜ ਲੈਣਾ ਸਾਡੇ ਕੋਲ ਲੈ ਲਿਓ ਆ ਕੇ ਯਾਨੀ ਕਿ ਜਿਸ ਕਿਸਮ ਦਾ ਆਪਦੀ ਮੈਚਿਓਰਿੰਗ ਵਰਾਇਟੀ ਮਿਲ ਸਕਦੀ ਹੈ ਕੋਈ ਚੱਕਰ ਨਹੀਂ ਹੈਗਾ ਠੀਕ ਹੈ ਜੀ ਧੰਨਵਾਦ ਹੁਣ ਇਸ ਵੇਲੇ ਯਾਨੀ ਕਿ ਜਿਹੜਾ ਆਹ ਟਾਈਮ ਆ ਇਸ ਟਾਈਮ ਗੰਨਾ ਨਾ ਬੀਜਿਓ ਗੰਨਾ ਤੁਸੀਂ ਅਗਸਤ ਵਿੱਚ ਬੀਜਿਓ ਉਹਦੇ ਵਿੱਚ ਇੰਟਰ ਕ੍ਰ੾ਪ ਕਰੋ ਤਾਂ ਕਿ ਜਿਹੜੀ ਤੁਹਾਡੀਆਂ ਜਿਹੜੀਆਂ ਸਬਜ਼ੀਆਂ ਵਗੈਰਾ ਜਾਂ ਦਾਲਾਂ ਵਗੈਰਾ ਕੁਛ ਵੀ ਬੀਜਦੇ ਆ ਉਹ ਤੁਹਾਡੀ ਘਰੇਲੂ ਖਪਤ ਵਾਸਤੇ ਵੀ ਉਹ ਪੈਦਾ ਹੋਣ ਉਹਨੇ ਥਾਂ ਦੇ ਵਿੱਚੋਂ ਜਿਹੜਾ ਮੈਂ ਇੱਥੇ ਇਹ ਗੱਲ ਵੀ ਗੱਲ ਨਹੀਂ ਕਲੀਅਰ ਕਰਨੀ ਚਾਹੁੰਦਾ ਵੀ ਜਿਹੜਾ ਛੋਟਾ ਫਾਰਮਰ ਆ ਛੋਟਾ ਕਿਸਾਨ ਆ ਜਿਹੜਾ 1-2 ਏਕੜ ਵਾਲਾ ਉਹ ਆਪਣੇ ਬਹੁਤ ਵਧੀਆ ਢੰਗ ਨਾਲ ਆਪਣਾ ਰੋਜ਼ੀ ਰੋਟੀ ਚਲਾ ਸਕਦਾ ਆਪਣੇ ਬੱਚਿਆਂ ਨੂੰ ਪੜ੍ਹਾ ਸਕਦਾ ਜੇਕਰ ਉਹ ਇਸ ਮਾਡਲ ਦੇ ਉੱਤੇ ਆ ਜਾਂਦਾ ਤੇ ਥੋੜਾ ਜਿਹਾ ਕੰਮ ਕਰਨ ਦੀ ਜ਼ਰੂਰਤ ਆ ਬਸ ਯਾਨੀ ਕਿ ਨਾ ਥੋੜਾ ਸਮਝਣ ਦੀ ਜ਼ਰੂਰਤ ਸਮਝ ਕੇ ਕੰਮ ਕਰਨ ਦੀ ਜ਼ਰੂਰਤ ਆ ਫਿਰ ਜਿਹੜੀ ਸਾਡੀ ਖੇਤੀ ਆ ਬੜੀ ਹੀ ਲਾਹੇਵੰਦ ਹੋਈ ਹਾਂਜੀ ਦੂਜੇ ਇੱਕ ਇਹ ਆ ਕਿ ਆਪਾਂ ਜਦੋਂ ਆ ਆਪਣੀ ਮੀਟਿੰਗ ਖਤਮ ਹੋ ਜੂਗੀ ਉਸ ਤੋਂ ਬਾਅਦ ਤੇ ਇਹਨਾਂ ਤੇ ਵੀਡੀਓ ਚਲਾਉਂਗਾ ਜਿਹੜੇ ਵੀਡੀਓ ਦੇਖ ਸਕਦੇ ਹੋ ਦੇਖ ਲਿਓ ਅਵਤਾਰ ਸਿੰਘ ਦੀ ਵੀਡੀਓ ਆ ਤੁਹਾਨੂੰ ਗੰਨਾ ਕਿਵੇਂ ਪੈਦਾ ਕਰ ਰਿਹਾ ਕਿਵੇਂ ਹੋ ਰਿਹਾ ਉਹ ਸਾਰਾ ਸਾਰਾ ਆਪਾਂ ਬਾਅਦ ਚ ਸਕਰੀਨ ਤੇ ਚਲਾ ਦਿਆਂਗੇ ਤੇ ਹੁਣ ਮੈਂ ਬੇਨਤੀ ਕਰਦਾ ਗੁਰਮੁਖ ਸਿੰਘ ਜੀ
गुरमुख सिंह जी बारे मैं तुहानूं दस दिया कि यह जो हैगा मेरिट ते काम कर रहे ने यह हैदराबाद दे विच जाके शायद ते कर्नाटका दे विच भी ते इन्होंने काफ़ी वो जानकारी ली आ पिछले काफी अरसे तो कुदरती खेती और अगर आप सीधी गल करिए सब तो जो पहले ट्रायल जिले गुरदासपुर के हुए डी एस आर वो मेरे खेतों हुए थे के वी के गुरदासपुर वालों तो डॉक्टर साहब अं अपने अवतार सिंह जी ना पिछले कोई चार पांच बजे ट्रायल कर चुके हैं जी। साड़ी एक समस्या आती है भी साढ़े जो फसल सारे तो आती है तो उदो डॉट्स ब्लैक डॉट्स जो पत्तियां बहुत आ जाते हैं और वो अभी कई बार स्प्रे भी बहुत बड़ी कर करके देख चुके हैं साड़ी वो समस्या हल नहीं होती। तीन चार बजे ट्रायल किए लेकिन अं इस करके डी एस आर च नहीं जा पा रहे हैं लेकिन जी वाली तकनीक है वो असं इस साल जरूर एक गला करके देखा जिद सू जो पता लग जाएगा और मैं कहना भी वो जी समस्या साड़ी आने वाली वो बारे तुम दसो कि किमें असं उस तो निजात पा सकते। गुरमुख सिंह जी बहुत बहुत सत्कार है कि मिलट उत्ते काम कर रहे हो तो बड़ा वाला नाम है बहुत जरूरी है मिलट्स पंजाब लैके आना साढ़े जेडे इतने के असली धिया पुत्र आ उन्हों की वापसी बहुत ज्यादा जरूरी है और झोने को बहर क्ढन की जरूरत है। हम तुम गल की हैगी है कि डी एस आर जेडे ट्रायल किए हैं और जो डी एस आर ए एस आर उस फर्क है मैं पहला भी गल कर हटिया कि जो डी एस आर आया कि जी आप झोने के पौधे की क्रिटिकल स्टेज से रिक्वायरमेंट है वो पूरी नहीं की हैगी उ थोड़ी गलती की है जो डॉट्स गल करते हैं फंगस वगैरह है कीड़े मकौड़े है वो नेचर कि कंट्रोल कर दी है बरतारा देखना पैना हम नेचर की होता नेचर जी कीड़िया फंगस कंट्रोल कर दी है अग्नि के नाल हम जिस तरह पहला पहला यानी कि ना अस किताबा भी पढ़िया जेठाड़ ने लू चलाई धरती लूही अग बराई वह अग्नि ने कंट्रोल कर दी है कारण के जो जेठाड़ का महीना होना जो पंछी आख्या पानी नहीं नजर आना चाहिए आपता हों पानी पानी किया हों इस करके जी फंगस की रिक्वायरमेंट भी पूरी हो जाती है और जो कीड़े मकौड़े आ उन्होंने रिक्वायरमेंट भी पूरी हो जाती है हूँ यानी कि जो आप लेटेस्ट डाटा देखिए तो जो एंटोमोलॉजिस्ट है वह कहते हैं कि जरा सा जे नवे तो नवे कीड़े मकौड़े आ रहे हैं वह रीजन की है कि उन्होंने वाता माहौल वह सिद्ध हो रहा जो उन्होंने अनुकूल है वह किन सिरज है सिर्फ झोने का कसूर है इस करके मैं पहला भी गल की है झोना जरा बड़ा घातक हमलावर आने के जो इतने के असली धिया पुत्र बाहर कड के सह लगेगा जे आपू साथ दें रहे इस तरह ढंग हम आप करना की है जो जी ये टेक्नीक है हवा मुक्त पानी मुक्त सिल जुक झोने की बिजाई ए होना भी कुदरत काफी नेड़े चल जाऊगा इस करके जाने की जो प्रॉब्लम आ गई अगे वो नहीं आनी यानी काफी हद तक कंट्रोल हो जाएगी है इस करके जे आप बिलकुल नजात पानी है तो झोने तो भी आपूब नजात पानी पैनी है और वो हजे मेरा कल पॉसिबल नहीं है आप थोड़े थोड़े एक्सपैरीमेंट करिए करने तो बाद फिर जाने की जो रिजल्ट आते हैं वो लोगों के सामने नशर करिए अपना जो पंजाब है मेरा ख्याल है छेती एक उस मुकाम पर पुजूगा जिसकी सावाल करना चाहवागा वो सवाल यह है भी जिदा असं यह तो मैं जी गल कर डी एस आर तो अं करा जे असं विदाउट पेस्टिसाइड खेती करते हैं जी और दूजा असं जे कुदरती खेती बासमती वगैरह सिर्फ करते हैं थोड़ी जी और वास्ते अगर अं इस विधि एस आर विधि अगर करते हैं तो नदीना की रोकथाम वास्ते दसो कि असं गोडी कर सकते हैं गोडी के नदीना की रोकथाम कर सकते हैं किमें मैं अपने सरदार गुरमुख सिंह जी हमने एक गल की हैगी है जिदा तो मिलट्स वगैरह भी कई भी है बाकी होर जी है झोना है ज कणक है ना जो कणक उत्ते 32,000 दाने की गल की है मैं जो 32,000 दाना लगना वो लगता है नौ नौ इतने बैठते दोनों पास जिस वे आप इस ढंग ने कर लवेंगे और मैकेनाइजेशन कर लवेंगे तो साड़ी जी मशीन अपने आप गुड्डी कर इसी तरह हौली 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 ना जो है झोना उन्होंने 32,000 दाने लैके आना जी तो फिर सारी यानी कि जी है वो मशीन के नाल काम हो जाना अपन कोई लेबर वगैरह लाने की लड़ नहीं है सारा मशीनीकरण होगा पर हजे की है यानी कि इनिशियल स्टेज ऑफ इट्स डिवेलपमेंट है ये एस आर टेक्निक जी है तुम पहला कहीं कि समॉल स्केल से करके टैसट कर लो टैसट करने तो बाद फिर आप जो मिलट्स वगैरह लाने ना
ਉਸੇ ਢੰਗ ਨਾਲ ਆਪਾਂ ਇਹਨੂੰ ਜਾਣੀ ਕਿ ਜਿਹੜੇ ਝੋਨੇ ਨੂੰ ਜੇ ਕਰਨਾ ਥੋੜੇ ਜਿਹੇ ਤਰ੍ਹਾਂ ਦੇ ਆਪਣੇ ਸਰਦਾਰ ਬੂਟਾ ਸਿੰਘ ਨੇ ਧੀਰਾ ਪੱਤਰਾ ਵਾਲੇ ਉਹ ਮੇਰੇ ਨਾਲ ਗੱਲ ਕਰ ਰਹੇ ਸੀਗੇ ਤੇ ਅਸੀਂ ਜਿਹੜਾ ਝੋਨ ਜਿਹੜੀ ਉਹਨਾਂ ਨੇ ਇਸ ਵਾਰ ਕਣਕ ਬੀਜੀ ਹੈ 32,000 ਦਾਣਾ ਲਾਇਆ ਉਹਦੀ ਜਾਣੀ ਕਿ ਜਿਹੜੇ ਹੈਗੇ ਆ ਰਿਜ਼ਲਟ ਬਹੁਤ ਹੀ ਜ਼ਿਆਦਾ ਵਧੀਆ ਨੇ ਉਹਨਾਂ ਨੇ ਜਾਣੀ ਕਿ ਇਹ ਕਮੈਂਟ ਦਿੱਤਾ ਵੀ ਮੈਂ ਔਰਗੈਨਿਕ ਖੇਤੀ ਕਰਦਾ ਸੀਗਾ ਮੈਂ ਛੱਡ ਜਾਣੀ ਸੀਗੀ ਜੇ ਟੈਕਨੀਕ ਨਾ ਆਉਂਦੀ ਉਹਨਾਂ ਨੇ ਜਾਣੀ ਕਿ ਪਬਲਿਕਲੀ ਇਹ ਗੱਲ ਕਹੀ ਹੈ ਤੇ ਉਹ ਮੈਨੂੰ ਜਿਸ ਵੇਲੇ ਝੋਨੇ ਦੇ ASR ਦੀ ਗੱਲ ਚੱਲੀ ਤਾਂ ਉਹਨਾਂ ਨੇ ਮੈਨੂੰ ਇਹੀ ਪਹਿਲੀ ਸੱਟੀ ਇਹ ਗੱਲ ਕਹੀ ਕਿ ਕਣਕ ਮੰਗ ਨਾ ਆਪਾਂ ਇਹਨੂੰ ਕਰ ਦਈਏ 32,000 ਦਾਣਾ ਜੀ ਫਿਰ ਮੈਂ ਉਹਨਾਂ ਨੂੰ ਗੱਲ ਕੀਤੀ ਵੀ ਜਾਣੀ ਕਿ ਪਹਿਲਾਂ ਕਿਉਂਕਿ ਹਜੇ ਆਪਾਂ ਨੂੰ ਇਸ ਜਿਹੜੀ ਟੈਕਨੋਲੋਜੀ ਆ ਇਹਨੂੰ ਲੋਕਾਂ ਵਿੱਚ ਲਿਆਉਣ ਦੀ ਲੋੜ ਆ ਸਾਡੇ ਜਿਹੜੇ ਰਿਜ਼ਲਟ ਆ ਉਹ ਪੋਜ਼ਿਟਿਵ ਮੈਂਟ ਸਾਰਿਆਂ ਨੂੰ ਤੇ ਫਿਰ ਲੋਕਾਂ ਨੂੰ ਹੌਲੀ 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 ਇਸ ਗੱਲ ਦੇ ਉੱਤੇ ਲੈ ਕੇ ਆਉਣ ਦੀ ਗੱਲ ਕੀਤੀ ਆ ਜਿਹੜੇ ਉਹਦੇ ਹਾਲਾਤ ਜਿਹੜੇ ਉਹਦੇ ਕੰਡੀਸ਼ਨ ਰੱਖਣੀ ਆ ਅਨਾਰੋਬਿਕ ਝੋਨੇ ਦੀ ਮੈਂ ਚਾਹੁੰਦਾ ਪੁੱਛਣਾ ਤੁਹਾਨੂੰ ਵੀ ਜੇਕਰ ਅਸੀਂ ਗੋਡੀ ਕਰਦੇ ਹਾਂ ਉਹਦੇ ਨਾਲ ਉਹ ਕੰਡੀਸ਼ਨ ਜਿਹੜੀ ਆ ਉਹ ਫੁਲਫਿਲ ਹੁੰਦੀ ਆ ਪੂਰੀ ਗੋਡੀ ਕਰਨ ਦੇ ਨਾਲ ਅਗਰ ਝੋਨੇ ਲੋੜ ਪੈ ਜਾਂਦੀ ਹੈ ਨਹੀਂ ਏਦਾਂ ਹੈਗੀ ਆਪਾਂ ਜਾਣੀ ਕਿ ਏਦਾਂ ਦੇ ਔਜ਼ਾਰ ਪੈਦਾ ਕਰ ਸਕਦੇ ਜਾਣੀ ਕਿ ਜੇ ਗੋਡੀ ਕਰਨੀ ਆਪਾਂ ਨੂੰ ਮਾੜਾ ਜਿਹਾ ਏਦਾਂ ਦੇ ਔਜ਼ਾਰ ਮੋੜ ਮਾੜ ਉੱਪਰ ਖੁਰਚ ਦੋਵੇਂ ਬਸ ਜਿਹੜਾ ਬੀ ਜਿਹੜਾ ਝੋਨੇ ਜਿਹੜੇ ਹੈਗੇ ਆ ਨਦੀਨ ਆ ਉਹ ਪੱਟ ਹੋ ਜਾਣ ਜਿਹੜਾ ਥੱਲੇ ਬਹੁਤ ਡਿਸਟਰਬ ਨਾ ਹੋਵੇ ਆਪਾਂ ਜ਼ਰੂਰੀ ਹੋਵੇ ਢੰਗਾਈ ਨਾ ਕਰਨੀ ਹੈ ਡੂੰਘੀ ਗੋਡੀ ਕਰਨ ਦੀ ਉੱਤੇ ਜ਼ਰੂਰਤ ਆ ਜਿੱਥੇ ਆਪਾਂ ਹਵਾ ਯੁਕਤ ਵਾਤਾਵਰਨ ਜਿੰਨੀ ਗੋਡੀ ਉਨੀ ਰੋਟੀ ਜਿਹੜੀ ਇਹ ਵੀ ਇੱਕ ਟਾਲ ਸਚਾਈ ਆ ਹੁਣ ਆਪਾਂ ਦੇਖੀਏ ਵੀ ਨੇਚਰ ਜਿਹੜੀ ਆ ਉਹ ਕਿੱਦਾਂ ਚਲਾਉਂਦੀ ਇਸ ਚੀਜ਼ ਨੂੰ ਕਿੱਦਾਂ ਮੰਨ ਲਓ ਵੀ ਇੱਕ ਜੰਗਲ ਆ ਜੰਗਲ ਦੇ ਵਿੱਚ ਮੀਂਹ ਪੈਂਦਾ ਮੀਂਹ ਪੈ ਕੇ ਜਿਹੜਾ ਜਿੱਥੇ ਪਾਣੀ ਖੜਾ ਹੋ ਗਿਆ ਉੱਥੇ ਹਵਾ ਬਾਹਰ ਆ ਜਾਣੀ ਹੈ ਜਿਸ ਵੇਲੇ ਹਵਾ ਬਾਹਰ ਆ ਗਈ ਜਿਸ ਵੇਲੇ ਜਿਹੜੀ ਹਵਾ ਬਾਹਰ ਆਉਣੀ ਆ ਤਾਂ ਉਹ ਜਿਹੜਾ ਪੌਦੇ ਆ ਉਹਨਾਂ ਦਾ ਜਿਹੜਾ ਜੜ ਖੇਤਰ ਆ ਉਹਨੂੰ ਹਵਾ ਦੀ ਸਪਲਾਈ ਇੰਟਰਪਟ ਹੋ ਜਾਣੀ ਹੈ ਤੇ ਨੇਚਰ ਕੀ ਕਰਦੀ ਆ ਉਸ ਵੇਲੇ ਗਡੋਆਂ ਦੀ ਡਿਊਟੀ ਲਾਉਂਦੀ ਆ ਗਡੋਏ ਇੱਕਦਮ ਬਾਹਰ ਆਉਂਦੇ ਆ ਜਿਸ ਵੇਲੇ ਗਡੋਏ ਬਾਹਰ ਆਉਂਦੇ ਆ ਤਾਂ ਜਿਹੜੀ ਹਵਾ ਪੈਨੀਟੇਟ ਕਰਦੀ ਆ ਔਰ ਜਿਹੜੇ ਹੈਗੇ ਆ ਪੌਦਿਆਂ ਦੀ ਜੜ੍ਹਾਂ ਦੇ ਤੱਕ ਹਵਾ ਪਹੁੰਚ ਕਰਦੀ ਆ ਜਿਹੜੀ ਨੇਚਰ ਇਸ ਢੰਗ ਨਾਲ ਚਲਾਉਂਦੀ ਆ ਉਹ ਕਿਹਨਾਂ ਪੌਦਿਆਂ ਲਈ ਆ ਜਿਹੜੇ ਐਨਰੋਬਿਕ ਸਿਸਟਮ ਦੇ ਵਿੱਚ ਜਾਣੀ ਕਿ ਸਰਵਾਈਵ ਕਰਦੇ ਆ ਵਧਦੇ ਫੁੱਲਦੇ ਧੰਨਵਾਦ ਜੀ ਧੰਨਵਾਦ ਜੀ ਹਾਂਜੀ ਇੱਕ ਮਿੰਟ ਜੀ ਹਾਂ ਹੁਣ ਮੈਂ ਬੇਨਤੀ ਕਰਦਾ ਵੀਰ ਜੀ ਆਏ ਸੀਗੇ ਸੰਧੂ ਸਾਹਿਬ ਉਹਨਾਂ ਦਾ ਫਿਰ ਹੈਂਡ ਰੇਜ ਹੈ ਨਹੀਂ ਗਾ ਹੁਣ ਅਨਮਿਊਟ ਕਰਕੇ ਪੁੱਛ ਲਓ ਜੀ ਕੋਈ ਗੱਲ ਨਹੀਂ ਕਈ ਵਾਰੀ ਹੈਂਡ ਇਹ ਟੈਕਨੀਕ ਨਵੀਂ ਹੈ ਹਾਂਜੀ ਇੱਕ ਵਾਰੀ ਅਨਮਿਊਟ ਸਾਰਿਆਂ ਨੂੰ ਕਰ ਦਿੰਦਾ ਉਹ ਕਾਫੀ ਨਾ ਉਹ ਲਾ ਜਾਂਦੀ ਹੈ ਅਵਤਾਰ ਸਿੰਘ ਜੀ ਹੋਰ ਕੋਈ ਤੁਹਾਡੇ ਵੱਲੋਂ ਸੁਨੇਹਾ ਬਸ ਇਹੀ ਹੈ ਕਿ ਆਪਾਂ ਕੋਸ਼ਿਸ਼ ਕਰੀਏ ਜਿਹੜੇ ਸਾਡੇ ਸਮਾਜ ਦੇ ਉੱਤੇ ਜਾਂ ਜੀਵਨ ਦੇ ਉੱਤੇ ਜੋ ਸੰਕਟ ਮੰਡਰਾ ਰਿਹਾ ਇਹਨੂੰ ਹੱਲ ਕਰਨ ਦੀ ਆਪਾਂ ਕੋਸ਼ਿਸ਼ ਕਰੀਏ ਤੇ ਉਹ ਇਸੇ ਢੰਗ ਨਾਲ ਹੋ ਸਕਦੀ ਹੈ ਜੇਕਰ ਆਪਾਂ ਕੁਦਰਤ ਦੇ ਜਿਹੜੇ ਨਿਯਮ ਆ ਉਹਨਾਂ ਨੂੰ ਆਪਣੀ ਖੇਤੀ ਵਿੱਚ ਸਮਝ ਕੇ ਅਪਲਾਈ ਕਰਾਂਗੇ ਤੇ ਜਿਹੜਾ ਸਾਡਾ ਫਿਰ ਕੁਦਰਤੀ ਨਿਜ਼ਾਮ ਆ ਉਹਦਾ ਵੀ ਬਚਾਅ ਹੋਜੂਗਾ ਤੇ ਜਿਹੜੀ ਸਾਡੇ ਹੈਗਾ ਸਿਹਤ ਆ ਸਮਾਜ ਦੀ ਸਿਹਤਮੰਦ ਸਮਾਜ ਵੀ ਉਹਦੀ ਸਿਰਜਣਾ ਹੋਊਗੀ ਤੇ ਸਾਡਾ ਜਿਹੜਾ ਵਾਤਾਵਰਨ ਆ ਉਹ ਵੀ ਪਲੀਤ ਹੋਣ ਤੋਂ ਬਚੂਗਾ ਜਿਹੜੇ ਸਾਡੇ ਕੁਦਰਤੀ ਸਾਧਨ ਆ ਉਹਨਾਂ ਦਾ ਵੀ ਬਚਾਅ ਹੋਊਗਾ ਬਾਕੀ ਜੇ ਆਪਾਂ ਇਸ ਤਕਨੀਕ ਦੇ ਉੱਤੇ ਆ ਜਾਂਦੇ ਹਾਂ ਤਾਂ ਅਸੀਂ ਇਸ ਕਾਬਲ ਹੋ ਜਾਵਾਂਗੇ ਤੇ ਅਸੀਂ ਇੰਟਰਨੈਸ਼ਨਲ ਮਾਰਕੀਟ ਨੂੰ ਕੰਪੀਟ ਕਰ ਸਕਾਂਗੇ ਜਿਸ ਤਰ੍ਹਾਂ ਮੈਂ ਗੰਨੇ ਦੀ ਗੱਲ ਕੀਤੀ ਹੈ ਤੇ ਗੰਨਾ ਜਿਹੜਾ ਹੈਗਾ ਉਹ ਸਾਡੀ ਸਿਕਿਉਰਿਟੀ ਆ ਜਿਹੜੀ ਵਿੱਚ ਫਸਲਾਂ ਆਉਣੀਆਂ ਉਹ ਸਾਡੀ ਸਾਰੇ ਖਰਚੇ ਚੱਕਦੀਆਂ ਤੇ ਇਸ ਕਰਕੇ ਆਪਾਂ ਨੂੰ ਲੋੜ ਆ ਕਿ ਆਪਾਂ ਉਸ ਮਾਡਲ ਨੂੰ ਖੇਤੀ ਦੇ ਨੂੰ ਅਪਣਾਈਏ ਜਿਹੜਾ ਸਾਨੂੰ ਆਰਥਿਕ ਪੱਖੋਂ ਬਹੁਤ ਹੀ ਆਰਥਿਕ ਪੱਖੋਂ ਆਪਣੇ ਸਮਾਜਿਕ ਜਿਹੜੀ ਹੈਗੀ ਆ ਖੁਰਾਕੀ ਪੱਖ ਤੋਂ ਤੇ ਵਾਤਾਵਰਨ ਪੱਖ ਤੋਂ ਜਿਹੜਾ ਮਜ਼ਬੂਤੀ ਪ੍ਰਦਾਨ ਇੱਧਰ ਪੱਸਿਆਂ ਦੀ ਲੋੜ ਹੈ ਸਰ ਬਹੁਤ ਬਹੁਤ ਧੰਨਵਾਦ ਸਰਦਾਰ ਅਵਤਾਰ ਸਿੰਘ ਫਗਵਾੜਾ ਡਾਕਟਰ ਅਮਰ ਸਿੰਘ ਆਜ਼ਾਦ ਡਾਕਟਰ ਹਰਨੇਕ ਸਿੰਘ ਰੋਡੇ ਜਿਨ੍ਹਾਂ ਨੇ ਅੱਜ ਨਵੀਆਂ ਤਕਨੀਕਾਂ ਦੇ ਬਾਰੇ ਚ ਕਿਸ ਰੂਪ ਚ ਜ਼ਹਿਰ ਮੁਕਤ ਤੇ ਵਾਤਾਵਰਨ ਸਾਫ਼ ਰੱਖਣ ਵਾਸਤੇ ਕਿਸ ਰੂਪ ਚ ਖੇਤੀ ਕੀਤੀ ਜਾ ਸਕਦੀ ਹੈ ਬੜੀਆਂ ਕੀਮਤੀ ਗੱਲਾਂ ਨੇ ਇਸੇ ਤਰ੍ਹਾਂ ਜੁੜੇ ਰਹਿਣ ਲਈ ਸਾਰਿਆਂ ਦਾ ਧੰਨਵਾਦ